Principles of Microeconomics Part 1, Course Code BECC 131, ਦੇ ਵਿੱਚ ਅੱਜ ਅਸੀਂ ਡਿਸਕਸ ਕਰਾਂਗੇ ਉਤਪਾਦਨ ਇੱਕ ਆਦਾਨ ਵਿੱਚ ਤਬਦੀਲੀ ਕਰਨ ਨਾਲ, ਦੈਟ ਇਜ ਪ੍ਰੋਡਕਸ਼ਨ ਵਿਦ ਵਨ ਵੇਰੀਏਬਲ ਇਨਪੁੱਟ। ਸਾਨੂੰ ਪਤਾ ਹੈ ਕਿ ਪ੍ਰੋਡਕਸ਼ਨ ਫੰਕਸ਼ਨ ਕੀ ਹੁੰਦਾ, ਉਤਪਾਦਨ ਕਰਨ ਦਾ ਰਿਲੇਸ਼ਨਸ਼ਿਪ ਬਿਟਵੀਨ ਇਨਪੁੱਟ ਐਂਡ ਆਊਟਪੁੱਟ, ਆਦਾਨ ਅਤੇ ਉਤਪਾਦਨ ਦੇ ਵਿਚਕਾਰ ਜਿਹੜਾ ਰਿਲੇਸ਼ਨਸ਼ਿਪ ਹੁੰਦਾ, ਜਿਹੜਾ ਸੰਬੰਧ ਹੁੰਦਾ, ਉਸਨੂੰ ਅਸੀਂ ਪ੍ਰੋਡਕਸ਼ਨ ਫੰਕਸ਼ਨ ਕਹਿ ਦਿੰਦੇ ਹਾਂ। ਹੁਣ ਉਤਪਾਦਨ ਨੂੰ ਕਰਨ ਦੇ ਵਿੱਚ ਕਈ ਇਨਪੁੱਟ, ਕਈ ਆਦਾਨ ਜਿਹੜੇ ਨੇ ਯੋਗਦਾਨ ਪਾਉਂਦੇ, ਜਿਸ ਤਰ੍ਹਾਂ ਲੈਂਡ ਹੈ, ਲੇਬਰ ਹੈ, ਕੈਪੀਟਲ ਹੈ, ਐਂਟਰਪ੍ਰੀਨਿਓਰ ਹੈ, ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਰਾ ਮਟੀਰੀਅਲਸ ਨੇ ਜਿਹੜੇ ਕਿ ਉਤਪਾਦਨ ਦੇ ਵਿੱਚ ਯੋਗਦਾਨ ਪਾਉਂਦੇ। ਲੇਕਿਨ ਜੇ ਅਸੀਂ ਸਾਰੇ ਚਰਾਂ ਨੂੰ, ਸਾਰੇ ਵੇਰੀਏਬਲਸ ਨੂੰ, ਸਾਰੇ ਸਾਧਨਾਂ ਨੂੰ ਸਥਿਰ ਮੰਨ ਲਏ, ਕੋਂਸਟੈਂਟ ਮੰਨ ਲਏ, ਅਤੇ ਸਿਰਫ ਇੱਕ ਉਤਪਾਦਨ ਦੇ ਸਾਧਨ ਵਿੱਚ ਤਬਦੀਲੀ ਕਰੀਏ, ਤਾਂ ਇੱਕ ਉਤਪਾਦਨ ਦੇ ਸਾਧਨ ਵਿੱਚ ਤਬਦੀਲੀ ਕਰਨ ਦੇ ਨਾਲ ਉਤਪਾਦਨ ਵਿੱਚ ਕੀ ਤਬਦੀਲੀ ਹੋਏਗੀ, ਕੀ ਪਰਿਵਰਤਨ ਹੋਏਗਾ, ਤਾਂ ਉਸ ਨੂੰ ਅਸੀਂ ਅੱਜ ਸਟੱਡੀ ਕਰਾਂਗੇ। ਦੈਟ ਇਜ਼ ਪ੍ਰੋਡਕਸ਼ਨ ਵਿਦ ਵਨ ਵੇਰੀਏਬਲ ਇਨਪੁੱਟ। ਹੁਣ ਅਸੀਂ ਡਿਸਕਸ ਕਰਦੇ ਹਾਂ ਕਿ ਕੁੱਲ ਉਤਪਾਦਨ, ਉਸ ਉਤਪਾਦਨ ਅਤੇ ਸੀਮਾਂਤ ਉਤਪਾਦਨ, ਕਿ ਟੋਟਲ ਪ੍ਰੋਡਕਸ਼ਨ, ਐਵਰੇਜ ਪ੍ਰੋਡਕਸ਼ਨ ਅਤੇ ਮਾਰਜਨ ਪ੍ਰੋਡਕਸ਼ਨ 'ਚ ਕੀ ਰਿਲੇਸ਼ਨਸ਼ਿਪ। ਤਾਂ ਇਹਦੇ ਵਿੱਚ ਅਸੀਂ ਮੰਨ ਲਓ ਦੋ ਉਤਪਾਦਨ ਦੇ ਸਾਧਨ ਇਸ ਟੇਬਲ 7.1 ਦੇ ਨਾਲ ਅਸੀਂ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ। ਤਾਂ ਅਸੀਂ ਕੈਪੀਟਲ ਨੂੰ ਕੋਂਸਟੈਂਟ ਮੰਨ ਲਿਆ, ਕੈਪੀਟਲ ਦੀਆਂ ਪੂੰਜੀ ਦੀਆਂ 5 ਇਕਾਈਆਂ ਨੇ, ਅਤੇ ਲੇਬਰ ਦੇ ਵਿੱਚ ਅਸੀਂ ਤਬਦੀਲੀ ਕਰ। ਤਾਂ ਜਦੋਂ ਅਸੀਂ 5 ਇਕਾਈਆਂ ਕੈਪੀਟਲ ਦੀਆਂ ਦੇ ਉੱਤੇ ਇੱਕ ਮਜ਼ਦੂਰ ਇਕਾਈ ਲਗਾਉਂਦੇ ਹਾਂ, ਤਾਂ ਕੁੱਲ ਉਤਪਾਦਨ ਦੀ ਇਕਾਈਆਂ ਜਿਹੜੀਆਂ ਨੇ 20 ਇਕਾਈਆਂ ਹੁੰਦੀਆਂ ਹਨ ਟੋਟਲ ਪ੍ਰੋਡਕਸ਼ਨ। ਜਦੋਂ ਦੋ ਉਤਪਾਦਨ, ਦੋ ਮਜ਼ਦੂਰਾਂ ਨੂੰ ਲਗਾਉਂਦੇ ਹਾਂ, ਤਾਂ ਕੁੱਲ ਉਤਪਾਦਨ ਜਿਹੜਾ ਉਹ 60 ਹੋ ਗਿਆ। ਦਿਸ ਇਜ਼ ਦਾ ਟੋਟਲ ਪ੍ਰੋਡਕਸ਼ਨ। ਅਤੇ ਦੋ ਮਜ਼ਦੂਰਾਂ ਨੂੰ ਕੰਮ 'ਤੇ ਲਗਾਉਣ ਦੇ ਨਾਲ 5 ਪੂੰਜੀ ਦੀ ਇਕਾਈਆਂ 'ਤੇ, ਤਾਂ ਕੁੱਲ ਉਤਪਾਦਨ ਜਿਹੜਾ ਹੈ 60 ਹੁੰਦਾ। ਅਤੇ ਜੇ ਅਸੀਂ 3 ਮਜ਼ਦੂਰਾਂ ਨੂੰ ਕੰਮ 'ਤੇ ਲਗਾਉਂਦੇ ਹਾਂ, ਤਾਂ ਕੁੱਲ ਉਤਪਾਦਨ ਜਿਹੜਾ ਹੈ 120। ਇਸ ਤਰ੍ਹਾਂ ਹੀ 160, 190, 216, 224, 224, 216 ਅਤੇ 200 ਉਤਪਾਦਨ ਹੁੰਦਾ। ਦਿਸ ਇਜ਼ ਦਾ ਟੋਟਲ ਪ੍ਰੋਡਕਸ਼ਨ। ਤਾਂ ਜਿਹੜਾ ਐਵਰੇਜ ਪ੍ਰੋਡਕਸ਼ਨ ਹੈ, ਚੌਥੀ ਕੋਲਮ ਹੈ, ਉਸ ਉਤਪਾਦਨ ਹੁੰਦਾ ਹੈ ਜਦੋਂ ਅਸੀਂ ਕੁੱਲ ਉਤਪਾਦਨ ਦੀ ਸਾਧਨ ਦੀ ਇਕਾਈਆਂ ਦੇ ਨਾਲ, ਕੁੱਲ ਵੇਰੀਏਬਲ ਇਨਪੁੱਟ ਦੇ ਨਾਲ, ਇਹਦੇ ਵਿੱਚ ਅਸੀਂ ਕੈਪੀਟਲ ਨੂੰ ਕੋਂਸਟੈਂਟ ਮੰਨਦੇ ਹਾਂ, ਅਤੇ ਜਿਹੜਾ ਲੇਬਰ ਹੈ ਉਹ ਵੇਰੀਏਬਲ ਹੈ, ਲੇਬਰ ਵਿੱਚ ਤਬਦੀਲੀ ਹੋ ਰਹੀ ਹੈ। ਜਦੋਂ ਅਸੀਂ ਜਿਸ ਤਰ੍ਹਾਂ ਜਦੋਂ ਅਸੀਂ ਇੱਕ ਮਜ਼ਦੂਰ ਲਗਾਉਂਦੇ ਹਾਂ, ਕੁੱਲ ਉਤਪਾਦਨ ਹੈ ਉਹ 20 ਇਕਾਈਆਂ ਦਾ ਹੁੰਦਾ ਹੈ, ਤਾਂ ਐਵਰੇਜ ਪ੍ਰੋਡਕਸ਼ਨ ਹੋਊਗੀ 20 ਡਿਵਾਈਡਡ ਬਾਈ 1, ਦੈਟ ਇਜ਼ 20। ਜਦੋਂ ਅਸੀਂ ਦੋ ਮਜ਼ਦੂਰਾਂ ਦੀ ਨੂੰ ਕੰਮ 'ਤੇ ਲਗਾਉਂਦੇ ਹਾਂ, ਤਾਂ ਕੁੱਲ ਉਤਪਾਦਨ ਜਿਹੜਾ ਉਹ 60 ਹੁੰਦਾ। ਤਾਂ ਇੱਕ ਮਜ਼ਦੂਰ ਨੇ ਪ੍ਰਤੀ ਮਜ਼ਦੂਰ ਨੇ ਕਿੰਨਾ ਉਤਪਾਦਨ ਕੀਤਾ, 60 ਡਿਵਾਈਡਡ ਬਾਈ 2, ਦੈਟ ਇਜ਼ 30, ਦੈਟ ਇਜ਼ 60 ਡਿਵਾਈਡਡ ਬਾਈ 2। ਜੇ 3 ਮਜ਼ਦੂਰ 120 ਇਕਾਈਆਂ ਦਾ ਉਤਪਾਦਨ ਕਰਦੇ ਹਨ, ਜਾਂ 3 ਮਜ਼ਦੂਰ 120 ਇਕਾਈਆਂ ਦਾ ਉਤਪਾਦਨ ਕਰਦੇ ਹਨ, ਤਾਂ ਇੱਕ ਮਜ਼ਦੂਰ ਕਰੇਗਾ 120 ਡਿਵਾਈਡਡ ਬਾਈ 3, ਦੈਟ ਇਜ਼ 40। ਤਾਂ 40 ਕੀ ਹੋ ਗਿਆ, 120 ਡਿਵਾਈਡਡ ਬਾਈ 3, ਅਤੇ ਕੁੱਲ ਉਤਪਾਦਨ ਬਟਾ ਜਿੰਨੀ ਮਜ਼ਦੂਰਾਂ ਦੀ ਇਕਾਈਆਂ ਅਸੀਂ ਲਗਾਈਆਂ। ਇਸੇ ਤਰ੍ਹਾਂ ਜਦੋਂ 160 4 ਮਜ਼ਦੂਰਾਂ ਨੂੰ ਕੰਮ 'ਤੇ ਲਗਾਇਆ ਜਾਂਦਾ ਹੈ, ਤਾਂ ਕੁੱਲ ਉਤਪਾਦਨ ਜਿਹੜਾ 160 ਇਕਾਈਆਂ ਦਾ ਹੁੰਦਾ ਹੈ। ਤਾਂ ਇੱਕ ਮਜ਼ਦੂਰ ਕਿੰਨੀ ਇਕਾਈਆਂ ਦਾ ਉਤਪਾਦਨ ਕਰੇਗਾ, 160 ਨੂੰ ਜੇ ਅਸੀਂ 4 ਨਾਲ ਡਿਵਾਈਡ ਕਰ ਦਈਏ ਤਾਂ ਕਿੰਨਾ ਗਿਆ, 40। ਇਸੇ ਤਰ੍ਹਾਂ ਜਦੋਂ 5 ਮਜ਼ਦੂਰਾਂ ਨੂੰ ਲਗਾਉਂਦੇ ਹਾਂ, 190 ਕੁੱਲ ਉਤਪਾਦਨ ਹੁੰਦਾ ਹੈ, ਤਾਂ 190 ਡਿਵਾਈਡ ਬਾਈ 5, 38। ਇਸੇ ਤਰ੍ਹਾਂ
216 डिवाइडेड बाय 636, 224 डिवाइडेड बाय 732, 224 डिवाइडेड बाय 8 28, 216 डिवाइडेड बाय 9 24, and 200 divided by 10, that is 20. ਤਾਂ ਇਹ ਸਾਡੇ ਕੋਲ ਆ ਗਿਆ ਔਸਤ ਉਤਪਾਦਨ। ਤਾਂ ਇਸਦਾ ਮਤਲਬ ਔਸਤ ਉਤਪਾਦਨ ਕੀ ਹੁੰਦਾ ਹੈ ਜਾਂ ਔਸਤ ਭੌਤਿਕ ਉਤਪਾਦਨ ਕੀ ਹੁੰਦਾ ਹੈ? ਜਦੋਂ ਅਸੀਂ ਕੁੱਲ ਉਤਪਾਦਨ ਦੇ ਸਾਧਨ ਦੀ ਇਕਾਈ ਨਾਲ ਡਿਵਾਈਡ ਕਰਦੇ ਹਾਂ ਤਾਂ ਅਸੀਂ ਔਸਤ ਉਤਪਾਦਨ ਕਹਿੰਦੇ ਹਾਂ। ਜਿਸ ਤਰ੍ਹਾਂ ਉਦਾਹਰਨ ਦਿੱਤਾ ਹੈ ਕਿ ਜੇ 4 ਮਜ਼ਦੂਰਾਂ ਦੀ ਇਕਾਈਆਂ ਨੂੰ ਅਸੀਂ ਲਗਾਉਂਦੇ ਹਾਂ, 160 ਇਕਾਈਆਂ ਨੂੰ ਉਤਪਾਦਨ ਕਰਦੇ ਹਾਂ, ਉਸ ਉਤਪਾਦਨ ਕਿੰਨਾ ਹੋ ਗਿਆ? 160 × 4। ਤਾਂ ਇੱਕ ਮਜ਼ਦੂਰ ਨੇ 40 ਇਕਾਈਆਂ ਦਾ ਉਤਪਾਦਨ ਕੀਤਾ। ਤਾਂ ਐਵਰੇਜ ਪ੍ਰੋਡਕਟਿਵਿਟੀ ਆਫ ਲੇਬਰ ਜਾਂ ਐਵਰੇਜ ਪ੍ਰੋਡਕਟ ਜਿਹੜਾ ਏ ਪੀ ਐਵਰੇਜ ਪ੍ਰੋਡਕਟ ਜਾਂ ਉਸ ਉਤਪਾਦਨ ਐਲ ਕੀ ਹੈ ਲੇਬਰ, ਕਿਉਂ ਅਪੋਨ ਐਲ ਕਿਉਂ ਕੀ ਹੈ ਕੁੱਲ ਉਤਪਾਦਨ, ਤਾਂ ਲੇਬਰ ਕੀ ਹੈ ਕਿੰਨੇ ਮਜ਼ਦੂਰਾਂ ਦੀ ਕੁੱਲ ਇਕਾਈਆਂ ਅਸੀਂ ਕੰਮ 'ਤੇ ਲਗਾਏ। ਹੁਣ ਜਿਹੜੀ ਲਾਸਟ ਕੋਲਮ ਹੈ, ਫਿਫਥ ਕੋਲਮ, ਦੈਟ ਸ਼ੋਜ਼ ਦਾ ਮਾਰਜਨ ਪ੍ਰੋਡਕਸ਼ਨ। ਜਿਹੜੀ ਮਾਰਜਨ ਪ੍ਰੋਡਕਸ਼ਨ ਹੈ ਜਾਂ ਸਮਾਨਤ ਉਤਪਾਦਨ ਕੀ ਹੁੰਦਾ ਹੈ, ਜੇ ਸਮਾਨ ਭੌਤਿਕ ਉਤਪਾਦਨ ਕੀ ਹੁੰਦਾ ਹੈ ਕਿ ਉਤਪਾਦਨ ਦੇ ਸਾਧਨ ਦੀ ਇੱਕ ਇਕਾਈ ਵਿੱਚ ਤਬਦੀਲੀ ਕਰਨ ਦੇ ਨਾਲ ਕੁੱਲ ਉਤਪਾਦਨ ਵਿੱਚ ਜਿਹੜੀ ਤਬਦੀਲੀ ਹੁੰਦੀ ਹੈ, ਕੁੱਲ ਉਤਪਾਦਨ ਵਿੱਚ ਜਿਹੜਾ ਪਰਿਵਰਤਨ ਹੁੰਦਾ ਹੈ, ਤਾਂ ਉਸਨੂੰ ਅਸੀਂ ਸੀਮਾਂਤ ਉਤਪਾਦਨ ਕਹਿੰਦੇ ਹਾਂ। ਜਦੋਂ ਕਿ ਬਾਕੀ ਸਾਧਨਾਂ ਨੂੰ ਅਸੀਂ ਕੀ ਮੰਨਦੇ ਹਾਂ, ਸਥਿਰ ਮੰਨਦੇ। ਤਾਂ ਉਦਾਹਰਣ ਦੇ ਤੌਰ 'ਤੇ ਇਸ 'ਚ ਮੰਨਿਆ ਗਿਆ ਕਿ 5 ਜੇ ਅਸੀਂ ਮਜ਼ਦੂਰ ਪੂੰਜੀ ਦੀ ਇਕਾਈਆਂ ਦੇ ਉੱਤੇ ਮਜ਼ਦੂਰਾਂ ਦੀ ਸੰਖਿਆ 3 ਤੋਂ ਵਧਾ ਕੇ 4 ਕਰ ਦਿੰਦੇ ਹਾਂ ਅਤੇ ਕੁੱਲ ਉਤਪਾਦਨ ਜਿਹੜਾ ਹੈ ਉਹ 120 ਇਕਾਈਆਂ ਤੋਂ 160 ਇਕਾਈਆਂ ਦਾ ਹੋ ਜਾਂਦਾ ਹੈ। ਤਾਂ ਇੱਕ ਹੋਰ ਮਜ਼ਦੂਰ 3 ਤੋਂ 4 ਇਕਾਈਆਂ ਮਜ਼ਦੂਰ ਦੀਆਂ ਵਧਾਉਣ ਦੇ ਨਾਲ ਕੁੱਲ ਉਤਪਾਦਨ ਵਿੱਚ 40 ਇਕਾਈਆਂ ਵਿੱਚ ਦਾ ਵਾਧਾ ਹੋਇਆ। ਤਾਂ 40 ਸਾਡੇ ਕੋਲ ਕੀ ਆ ਗਿਆ? ਸੀਮਾਂਤ ਉਤਪਾਦਨ। ਤਾਂ ਹੁਣ ਐਮ ਪੀ ਐਲ ਕੀ ਹੈ? ਮਾਰਜਨ ਪ੍ਰੋਡਕਸ਼ਨ ਆਫ ਲੇਬਰ ਜਾਂ ਮਾਰਜਨ ਪ੍ਰੋਡਕਟ ਆਫ ਲੇਬਰ। ਤਾਂ ਦੈਟ ਇਜ਼ ਚੇਂਜ ਇਨ ਟੋਟਲ ਆਊਟਪੁੱਟ ਡਿਵਾਈਡਡ ਬਾਏ ਚੇਂਜ ਇਨ 1 ਯੂਨਿਟ ਆਫ ਲੇਬਰ। ਇਹ ਕੁੱਲ ਉਤਪਾਦਨ ਵਿੱਚ ਤਬਦੀਲੀ ਡਿਵਾਈਡਡ ਬਾਏ ਉਤਪਾਦਨ ਦੇ ਇੱਕ ਸਾਧਨ ਦੀ ਇਕਾਈ ਵਿੱਚ ਤਬਦੀਲੀ, ਜਦੋਂ ਕਿ ਬਾਕੀ ਉਤਪਾਦਨ ਦੇ ਸਾਧਨਾਂ ਨੂੰ ਕੀ ਮੰਨ ਲਿਆ? ਸਥਿਰ ਮੰਨ। ਤਾਂ ਹੁਣ ਇਸ ਤਰ੍ਹਾਂ ਜਿਹੜਾ ਮਾਰਜਨ ਪ੍ਰੋਡਕਸ਼ਨ ਹੈ, ਜਦੋਂ ਅਸੀਂ ਇੱਕ ਮੁੱਦੇ ਨੂੰ ਲਗਾਉਂਦੇ ਹਾਂ ਤਾਂ ਟੋਟਲ ਪ੍ਰੋਡਕਸ਼ਨ ਜਿਹੜਾ ਹੈ ਉਹ 20 ਹੁੰਦਾ, ਤਾਂ ਮਾਰਜਨ ਪ੍ਰੋਡਕਸ਼ਨ 20 ਹੋ ਗਿਆ। ਜਦੋਂ ਅਸੀਂ 2 ਮਜ਼ਦੂਰ ਲਗਾਉਂਦੇ ਹਾਂ ਕੁੱਲ ਉਤਪਾਦਨ ਜਿਹੜਾ ਹੈ 20 ਤੋਂ ਵੱਧ ਕੇ 60 ਹੋ ਗਿਆ, ਤਾਂ ਸੀਮਾਂਤ ਉਤਪਾਦਨ ਜਿਹੜਾ ਹੈ 60 − 20 ਕਿੰਨਾ ਹੋ ਗਿਆ? 40। ਮਤਲਬ ਕਿ ਦੂਸਰਾ ਮਜ਼ਦੂਰ ਕੰਮ 'ਤੇ ਲਗਾਉਣ ਨਾਲ ਕੁੱਲ ਉਤਪਾਦਨ ਵਿੱਚ ਵਾਧਾ 40 ਇਕਾਈਆਂ ਦਾ ਹੋਇਆ। ਜਦੋਂ ਅਸੀਂ 3 ਮਜ਼ਦੂਰਾਂ ਨੂੰ ਕੰਮ 'ਤੇ ਲਗਾਉਂਦੇ ਹਾਂ, ਮਤਲਬ ਇੱਕ ਮਜ਼ਦੂਰ ਦੀ ਇਕਾਈ ਵਿੱਚ ਹੋਰ ਵਾਧਾ ਕੀਤਾ, ਤਾਂ ਕੁੱਲ ਉਤਪਾਦਨ 60 ਤੋਂ ਵੱਧ ਕੇ 120 ਹੋ ਗਿਆ। ਤਾਂ ਇਹਦਾ ਮਤਲਬ ਤੀਸਰੇ ਮਜ਼ਦੂਰ ਨੇ ਕਿੰਨੀ ਇਕਾਈਆਂ ਦੇ ਵਿੱਚ ਵਾਧਾ ਕੀਤਾ? 60, ਦੈਟ ਇਜ 120 − 60। ਜਦੋਂ ਅਸੀਂ 3 ਤੋਂ 4 ਮਜ਼ਦੂਰ ਕੰਮ 'ਤੇ ਲਗਾਉਂਦੇ ਹਾਂ ਤਾਂ ਕੁੱਲ ਉਤਪਾਦਨ 120 ਇਕਾਈਆਂ ਤੋਂ ਵੱਧ ਕੇ 160 ਹੋ ਜਾਂਦਾ। ਤਾਂ ਇਹਦਾ ਮਤਲਬ 160 − 120 ਕਿੰਨਾ ਹੋ ਗਿਆ? 40। ਜਦੋਂ 5 ਅਸੀਂ ਇਕਾਈਆਂ ਮਜ਼ਦੂਰ ਦੀਆਂ ਲਗਾਉਂਦੇ ਹਾਂ ਤਾਂ ਕੁੱਲ ਉਤਪਾਦਨ 160 ਤੋਂ ਵੱਧ 190, ਤਾਂ ਮਾਰਜਨ ਪ੍ਰੋਡਕਸ਼ਨ ਜਾਂ ਸੀਮਾਂਤ ਉਤਪਾਦਨ ਕਿੰਨਾ ਹੋ ਗਿਆ? 30। ਇਸੇ ਤਰ੍ਹਾਂ ਜਦੋਂ ਅਸੀਂ 6 ਮਜ਼ਦੂਰਾਂ ਨੂੰ ਕੰਮ 'ਤੇ ਲਗਾਉਂਦੇ ਹਾਂ ਤਾਂ ਕੁੱਲ ਉਤਪਾਦਨ ਜਿਹੜਾ ਹੈ 190 ਤੋਂ ਵੱਧ ਕੇ 216, 6ਵਾਂ ਮਜ਼ਦੂਰ ਕੰਮ 'ਤੇ ਲਗਾਉਣ ਨਾਲ ਕੁੱਲ ਉਤਪਾਦਨ ਵਿੱਚ ਕਿੰਨਾ ਵਾਧਾ ਹੋਇਆ? ਉਹ ਪਤਾ ਕਰਨ ਦੇ ਲਈ 216 ਵਿੱਚੋਂ ਜੋ ਉਹਨੂੰ 190 ਮਾਈਨਸ ਕਰਾਂਗੇ ਕਿੰਨਾ ਆ ਜਾਏਗਾ? 26। ਜਦੋਂ ਅਸੀਂ 17 ਮਜ਼ਦੂਰ ਕੰਮ 'ਤੇ ਲੈਂਦੇ ਹਾਂ ਤਾਂ ਕੁੱਲ ਉਤਪਾਦਨ ਜਿਹੜਾ ਹੈ 216 ਤੋਂ ਬਾਅਦ 224 ਹੋ ਜਾਂਦਾ, 224 ਹੋ ਜਾਂਦਾ, ਅਤੇ 224 ਦੇ ਵਿੱਚੋਂ 260 ਨੂੰ ਅਸੀਂ ਮਾਈਨਸ ਕਰੀਏ ਤਾਂ ਕਿੰਨਾ ਹੋ ਗਿਆ? 8। ਤਾਂ ਇਹਦਾ ਮਤਲਬ 70 ਮਜ਼ਦੂਰ ਨੇ
सिर्फ आपको इकाइयों का उत्पादन करता है, 8 units को प्रोड्यूस करता है। जो असि 8 इकाइया मजदूर दिन लगाने हैं तो एक होर मजदूर की इकाई में वाधा कर रहे हैं तो कुल उत्पादन कोई तब्दीली नहीं होती। तो उसका मतलब जो टोटल प्रोडक्शन 224 माइनस 224 करनी तो दैट इज जीरो। इसका मतलब की है 8 मजदूर ने उत्पादन कुल उत्पादन कोई वाधा नहीं किया तो इसका मतलब सीमांत उत्पादन की हो गया जीरो हो गया। जो असं एक होर मजदूर 9 इकाइया मजदूर लगाने हैं तो 9 मजदूर लगाने के कुल उत्पादन जो है 224 तो घटता है, रहा वाधा नहीं है, 216 हो गया। ये क्यों घटिया ये लेटेस्ट स्टेज से डिस्कस कराएंगे। तो 216 224 माइनस करिए आ गया -8। जो अभी 10 मजदूर काम कर लगाते हैं तो कुल उत्पादन 216 तो बाद घट के 200 हो जाता है। तो इन्होंने 10 मजदूर काम कर लगाने के कुल उत्पादन जो है -16 हो गया। कुल उत्पादन 16 इकाइयों का उत्पादन जो है वो दिस इज द मार्जिनल प्रोडक्शन। अते ये डेफिनेशन आप कर चुके हैं कि औसत उत्पादन अते सीमांत उत्पादन। अते इधर विच एक जिहड़ी गल यह है कि मार्जिनल प्रोडक्शन जिहड़ा है उदो ज्यादा हुंदा है एवरेज प्रोडक्शन दे नालों औसत उत्पादन दे नालों जदों औसत उत्पादन वध रहा हुंदा है। अते एवरेज प्रोडक्शन जदा है वह मार्जिनल प्रोडक्शन के बराबर होंगे जो औसत उत्पादन जो है सब तो वध होंगे। अते मार्जिनल प्रोडक्शन घट होंगे जो एवरेज प्रोडक्शन जो है वह की है घट है। ये एक रिलेशनशिप में शो कर हूँ। जे असी एवरेज प्रोडक्शन मार्जिन प्रोडक्शन के रिलेशनशिप टोटल प्रोडक्शन मार्जिन प्रोडक्शन के रिलेशनशिप में स्टडी करिए तो ये कर्व्स ने जो टेबल असी पहला देखे है इस टेबल में असं ये डायग्राम के बना दिए तो डायग्राम के बनेगा। तो एक्सएक्सिस से असी लेबर ले लिया क्योंकि असी कैपिटल कॉन्स्टेंट मनिया हुआ है। वाई एक्सिस से असी उत्पादन ले रहे हैं कि प्रति इकाई निचले पास प्रति इकाई जोड़ा है वो उत्पादन ले रहे हैं। तो हूँ जे असी इन रिलेशनशिप को स्टडी करिए जे तुम टेबल में देखिए पहला तो टेबल देख रहे हैं कि जो मजदूरों की इकाइयों में लगातार वाधा किया जाता है तो कुल उत्पादन वाधा होता है। लेकिन कुल उत्पादन शुरू में वाधा तेजी नाल होता है जिस तरह एक मजदूर को काम पर लगाने हैं तो कुल उत्पादन जोड़ा है वह 20 होता है। जब 2 मजदूर लगाने हैं तो कुल उत्पादन जोड़ा है 40 होना चाहिए लेकिन 40 नहीं होता, मतलब 20 units इनक्रीज नहीं होता, उससे ज़्यादा होता 40 units इनक्रीज होता। जो तीसरे मजदूर काम पर लगाने हैं तो कुल उत्पादन जो है 20 units इनक्रीज होना चाहिए या 40 units इनक्रीज होना चाहिए। लेकिन कुल उत्पादन वाधा जिन्ना होना चाहिए उसमें ज़्यादा हो रहा है 60 units वाधा। इस हालत के देखते हैं कि जो एवरेज प्रोडक्शन बढ़ रहा है 20 to 30, 30 to 40 तो मार्जिन प्रोडक्शन 20 to 40 हो गया अते फिर 40 to 60 हो गया। तो मार्जिन प्रोडक्शन जोड़ा है बढ़ रहा है, ज़्यादा बढ़ रहा है, एवरेज प्रोडक्शन भी बढ़ रहा है। मतलब जदों एवरेज प्रोडक्शन बढ़ता है औसत उत्पादन बढ़ता है तो मार्जिन प्रोडक्शन भी वाधा होता है पर मार्जिन प्रोडक्शन वाधा एवरेज प्रोडक्शन के नालों ज़्यादा होता है। जदों एवरेज प्रोडक्शन मैक्सिमम होता है जिस तरह जो एवरेज प्रोडक्शन 40 units है 40 इकाइया है
मार्जिन प्रोडक्शन भी उसमें प्रॉफिट होना, जो एवरेज प्रोडक्शन मैक्सिमम है सब तो ज़्यादा है तो सीमांत उत्पादन उससे की होता है प्रॉफिट। फिर असी देखते हैं जब हम चार तो पाँच इकाइयाँ पाँच तो छः चार तो बाद असी मजदूरों की इकाइयाँ लगाते हैं तो एवरेज प्रोडक्शन जो है लगातार घटता जाता है 38, 36, 32, 28, 24, 20 करता जा रहा है तो मार्जिन प्रोडक्शन जो है 40 to 30, 30 to 26, 26 to 8, 0 लगातार जो है घट रहा है। तो अभी देखते हैं कि एवरेज प्रोडक्शन जिन्ना घट रहा है मार्जिन प्रोडक्शन में कमी जी है उसको ज़्यादा हो रही है क्योंकि एवरेज प्रोडक्शन 40 to 38 हो गया तो मार्जिन प्रोडक्शन 40 to 30 हो गया। एवरेज प्रोडक्शन जो है घट के 38, 36 हो गया मार्जिन प्रोडक्शन 32, 26 हो गया मतलब एवरेज प्रोडक्शन से जिन्ना घाटा हो रहा है उसको ज़्यादा कमी जी है इन जनरल और मार्जिन प्रोडक्शन के बीच हो रही है। फिर मतलब इसका मतलब जो औसत उत्पादन बढ़ता है सीमांत उत्पादन भी बढ़ता है सीमांत उत्पादन में वाधा औसत उत्पादन के नाल ज़्यादा होंगे और जो औसत उत्पादन सब तो वध हुंदा है तो सीमांत उत्पादन उसके बराबर हुंदा है। इसका मतलब कि सीमांत उत्पादन उस सीमांत उत्पादन वक्र औसत उत्पादन वक्र उसके सब तो उपरले बिंदु को घट रही है। फिर तीसरा जड़ा है कि जो सीमांत औसत उत्पादन करता है तो सीमांत उत्पादन भी घटता है परंतु सीमांत उत्पादन में जी कमी है वो औसत उत्पादन के नालों ज्यादा है। चौथा जो रिलेशनशिप है वो है कि मार्जिन प्रोडक्शन जो है वो शून्य हो सकता है जीरो हो सकता है परंतु एवरेज प्रोडक्शन जो है और शून्य जो है वो जीरो जो है वो नहीं हो सकता। फिर असी देखते हैं कि मार्जिन प्रोडक्शन जो है जीरो तो बाद माइनस हो गया -8 हो गया -16 हो गया लेकिन एवरेज प्रोडक्शन जो है वो पॉजिटिव हो गया कि एवरेज मार्जिन प्रोडक्शन नेगेटिव हो सकता है मार्जिन प्रोडक्शन जो है शून्य हो सकता है पर औसत उत्पादन ना तो शून्य हो सकता है ना ही नैगेटिव हो सकता। ये रिलेशनशिप है एवरेज टोटल मार्जिन प्रोडक्शन एवरेज प्रोडक्शन। फिर जो हम अस रिलेशनशिप को स्टडी करिए टोटल प्रोडक्शन मार्जिन प्रोडक्शन कर्व्स के विचकार कि ये पहला जो रिलेशनशिप है कि जदों तक मार्जिन प्रोडक्शन पॉजिटिव है धनात्मक है उपर वल नूं वध रहा है तो टोटल प्रोडक्शन कर्व जोड़ा है वो वाधा हों रहेगा टोटल प्रोडक्शन कर्व विल कंटिन्यू टू इनक्रीज कंटिन्यू टू राइज। दूसरा रिलेशनशिप है कि जो मार्जिन प्रोडक्शन जीरो होएगी तो टोटल प्रोडक्शन जोड़ा है वो की होएगा मैक्सिमम होएगा जिस तरह अभी टेबल में देख सकते हैं जो अभी अठवीं इकाई मजदूर भी लगाने हैं पहले सत्तवीं मजदूर लगाने हैं तो कुल उत्पादन जरा 224 होंगे जो अठवीं इकाई मजदूर की लगाई जाती है तो कुल उत्पादन में कोई तब्दीली नहीं होती तो कुल उत्पादन जरा है वह सेम रहा तो उस हालत के मार्जिन प्रोडक्शन जरा हो गया वह हो गया जीरो हो गया। तो इसका मतलब जो सत्त इकाइया मजदूर की लगाई कुल उत्पादन 224 जब 8 इकाइया मजदूरों की लगाई गई भी कुल उत्पादन जो 224 मार्जिन प्रोडक्शन जीरो जो मार्जिन प्रोडक्शन जीरो है तो टोटल प्रोडक्शन जी की है वह मैक्सिमम जो असर उपर इस तो पहला जो रिलेशनशिप किया जो मार्जिन प्रोडक्शन पॉजिटिव पॉजिटिव का मतलब जो जीरो तो ज़्यादा तो टोटल प्रोडक्शन जोड़ा है वह 220, 160, 190, 216, 224 ये लगातार की है बढ़ रहे और फिर अच्छी जरा रिलेशनशिप देखते हैं थर्ड
कि जो मार्जिन प्रोडक्शन जी है वह नैगेटिव हो जाती है तो टोटल प्रोडक्शन जी है वह घटनी शुरू हो जाती है। इसमें तुम देखो स्टेबल चो जो मार्जिन प्रोडक्शन जी है जीरो तो घट के -8 हो गई -16 हो गई तो जो टोटल प्रोडक्शन है 224 तो घट के 216 200 हो गई तो टोटल प्रोडक्शन जी है वह घट रही है जो मार्जिन प्रोडक्शन की होंगे नैगेटिव होने तो आ रिलेशनशिप है टोटल प्रोडक्शन मार्जिन प्रोडक्शन। हम असि इस डायग्राम च देखते हैं इस रिलेशनशिप जो टेबल देख रहे कि एच रिदम तक मार्केट प्रोडक्शन जी है जो अभी मजदूरों को लगाने हैं तीन मजदूरों की इकाइयों तक मार्केट प्रोडक्शन जोड़ा है वो इनक्रीज कर इस हालत तक तीन इकाइयों तक टोटल प्रोडक्शन जो है इनक्रीजिंग रेट के साथ इनक्रीज कर और जिन्ना बढ़ना चाहिए उस तो ज़्यादा तेजी के साथ बढ़ रहे जो असं तीन तो चार इकाइया लगाने हैं तो मार्जिन प्रोडक्शन जोड़ा है वह घटना शुरू हो जाता है एच तो जोड़ा है यह आई पर आ जाता मार्जिन प्रोडक्शन घटना शुरू हो जाता है। इस तो बाद टोटल प्रोडक्शन बढ़ता तो है ई तो एफ परंतु यह घटती हुई दर में बढ़ता है मतलब जिन्ना बढ़ रहा है पहला उस तो घट तेजी बढ़ता है मतलब टोटल प्रोडक्शन बढ़ता है जिन्ना बढ़ता होना चाहिए उन्ना नहीं होंगे उस तो घट होंगे। जो इस पॉइंट ई पॉइंट असं कहने पॉइंट ऑफ इनफ्लैक्शन जिन्होंने पंजाबी मोड़ बिंदु कहते जो चार तो असी इस हालत तक चौथी इकाई तक जी एवरेज प्रोडक्शन जी है वो लगातार की है बढ़ रही है यदा मतलब मार्जिन प्रोडक्शन का जो पीक पॉइंट है या सब तो उच्चा पॉइंट है वह एवरेज प्रोडक्शन तो पहला आता है। मार्जिन प्रोडक्शन का जो पीक पॉइंट है तीन इकाइया जो मौजूद लगे उदो आता है मार्जिन प्रोडक्शन का जो पीक पॉइंट है उदो आता है जो असं मजदूरों की इकाइया की लगाने हैं चार ये असं टेबल चो भी देख सकते हैं। जो तीन इकाइया मजदूरों की लगाने हैं तो मार्जिन प्रोडक्शन मैक्सीम है 60 जो असं चार इकाइया मजदूरों की लगाने हैं तो जी एवरेज प्रोडक्शन है वह कि 40 वैसे जो तीन इकाइया मजदूरों की लगानी है उदों भी एवरेज प्रोडक्शन 40 है पर असी जी चौथी इकाई मजदूरी है उसमें असं मानेंगे कि मैक्सीम है क्योंकि मार्जिन प्रोडक्शन का जो मैक्सीम पॉइंट है पीक पॉइंट है वह एवरेज प्रोडक्शन के पीक पॉइंट तो की आएगा पहला आएगा। इस तो बाद जो चार तो असी मजदूरों की इकाइया लगातार बढ़ाने हैं 5-6 करते हैं तो असं देखते हैं कि उस उत्पादन वर्तक एवरेज प्रोडक्शन कर्व मार्जिन प्रोडक्शन कर्व लगातार की है घट चौथी इकाई तक उस उत्पादन वाधा होंगे सीमांत उत्पादन वाधा होंगे परंतु सीमांत उत्पादन वाधा उस उत्पादन के नालों ज़्यादा हो रहा है क्योंकि इस हालत के शुरू में कुल उत्पादन वाधा बढ़ी ही देगा किन्ने कई तक उस तो बाद कुल उत्पादन वाधा घटती ही रहा है। चौथी इकाई तो बाद मजदूरों की इकाई 5-6 7 इकाई लगाई जाती हैं तो कुल उत्पादन एफ बिंदू तो बाद वाधा तो है परंतु जिन्ना बढ़ना चाहिए उन्ना नहीं होंगे उन्ना वाधा नहीं होंगे यदा मतलब कि कुल उत्पादन वाधा घटती हुई दर हो गया। इस हालत में असं देखते हैं कि उस उत्पादन सीमांत उत्पादन लगातार कमी होती है लेकिन सीमांत उत्पादन जी कमी है या जो घट है वह उस उत्पादन के नालों ज्यादा हो रहा है। जो असं 8 मजदूरों को काम पर लगाने हैं उस हाल में देखते हैं कि मार्जिन प्रोडक्शन कर्व जी एक्स एक्सिस टच कर के बिंदु के इस हालत के एवरेज प्रोडक्शन तो पॉजिटिव है
ਅਤੇ ਜਿਹੜੀ ਟੋਟਲ ਪ੍ਰੋਡਕਸ਼ਨ ਹੈ ਉਹ ਕੀ ਹੈ ਮੈਕਸੀਮਮ ਹੈ। ਉੱਪਰ ਦੇਖਦੇ ਹਾਂ ਅਸੀਂ ਇਹ ਐਸ ਬਿੰਦੂ ਹੈ ਸ਼ਾਇਦ ਟੋਟਲ ਪ੍ਰੋਡਕਸ਼ਨ ਜਿਹੜਾ ਹੈ ਐਸ ਬਿੰਦੂ 'ਤੇ ਕੀ ਹੈ ਮੈਕਸੀਮਮ। ਅਤੇ ਜਦੋਂ ਅਸੀਂ ਮਜ਼ਦੂਰਾਂ ਦੀ ਇਕਾਈਆਂ 8 ਤੋਂ ਵਧਾ ਕੇ 9-10 ਕਰ ਰਹੇ ਹਾਂ ਤਾਂ ਮਾਰਜਨ ਪ੍ਰੋਡਕਸ਼ਨ ਜਿਹੜੀ ਹੈ ਨੈਗੇਟਿਵ ਹੋ ਜਾਂਦਾ ਅਤੇ ਐਵਰੇਜ ਪ੍ਰੋਡਕਸ਼ਨ ਜਿਹੜਾ ਪੋਜ਼ਿਟਿਵ ਰਹਿ ਜਾਂਦਾ। ਲੇਕਿਨ ਇਸ ਬਿੰਦੂ ਤੋਂ ਬਾਅਦ ਟੋਟਲ ਪ੍ਰੋਡਕਸ਼ਨ ਜਿਹੜਾ ਹੈ ਉਹ ਵਧਣ ਦੀ ਥਾਂ ਦੇ ਉੱਤੇ ਘਟਣਾ ਸ਼ੁਰੂ ਹੋ ਜਾਂਦਾ, ਟੋਟਲ ਪ੍ਰੋਡਕਸ਼ਨ ਕਰਵ ਦੇ ਵਿੱਚ ਗਿਰਾਵਟ ਹੋ ਜਾਂਦੀ ਹੈ। ਤਾਂ ਇਸ ਡਾਇਗਰਾਮ ਦੇ ਵਿੱਚੋਂ ਇਹ ਟੋਟਲ ਪ੍ਰੋਡਕਸ਼ਨ, ਐਵਰੇਜ ਪ੍ਰੋਡਕਸ਼ਨ ਅਤੇ ਮਾਰਜਨ ਪ੍ਰੋਡਕਸ਼ਨ ਦੇ ਰਿਲੇਸ਼ਨਸ਼ਿਪ ਨੂੰ ਤੁਸੀਂ ਸਟੱਡੀ ਕਰੋ। ਹੁਣ ਇਹ ਜਿਹੜੀਆਂ ਪ੍ਰੋਡਕਟ ਕਰਵਸ ਨੇ ਇਹਨਾਂ ਦੀਆਂ ਸਟੇਜਿਸ, ਇਹ ਜਿਹੜੀਆਂ 4 ਇਕਾਈਆਂ ਤੱਕ ਜਦੋਂ ਮਾਰਜਨ ਪ੍ਰੋਡਕਸ਼ਨ ਐਵਰੇਜ ਪ੍ਰੋਡਕਸ਼ਨ ਨੂੰ ਦੇ ਬਰਾਬਰ ਹੁੰਦੀ ਹੈ, ਇਸ ਸਟੇਜ ਤੱਕ ਇਸ ਚਰਨ ਤੱਕ ਅਸੀਂ ਫਸਟ ਸਟੇਜ ਆਫ ਪ੍ਰੋਡਕਸ਼ਨ ਕਹਿ ਦਿੰਦੇ ਹਾਂ। ਦਿਸ ਇਜ਼ ਦਾ ਫਸਟ ਸਟੇਜ ਆਫ ਪ੍ਰੋਡਕਸ਼ਨ। ਅਤੇ ਜਿਹੜਾ ਈ ਬਿੰਦੂ ਹੈ ਦਿਸ ਇਜ਼ ਦਾ ਪੁਆਇੰਟ ਆਫ ਇਨਫੈਕਸ਼ਨ, ਮਤਲਬ ਕਿ ਜਦੋਂ ਕੁੱਲ ਉਤਪਾਦਨ ਵਧਦੀ ਹੋਈ ਦਰ ਦੀ ਤੋਂ ਬਾਅਦ ਘਟਦੀ ਹੋਈ ਦਰ ਨਾਲ ਵਧਣਾ ਸ਼ੁਰੂ ਹੋ ਜਾਂਦਾ, ਦੈਟ ਇਜ਼ ਨੋਨ ਐਜ਼ ਪੁਆਇੰਟ ਆਫ ਇਨਫੈਕਸ਼ਨ। ਅਤੇ ਇਸ ਸਟੇਜ ਤੋਂ ਲੈ ਕੇ 4 ਮਜ਼ਦੂਰ ਦੀ ਇਕਾਈ ਤੋਂ ਲੈ ਕੇ 8 ਮਜ਼ਦੂਰ ਦੀ ਇਕਾਈ ਤੱਕ ਕੁੱਲ ਉਤਪਾਦਨ ਵਿੱਚ ਵਾਧਾ ਘਟਦੀ ਹੋਈ ਦਰ ਨਾਲ ਹੁੰਦਾ ਹੈ। ਐਫ ਤੋਂ ਲੈ ਕੇ ਐਸ ਤੱਕ ਜਾਂ ਜੀ ਤੱਕ ਜੋ ਵੀ ਇੱਥੇ ਕਲੀਅਰ ਨਹੀਂ ਹੈ ਪੁਆਇੰਟ ਹੈ। ਅਤੇ ਇਸ ਹਾਲਤ ਦੇ ਵਿੱਚ ਔਸਤ ਉਤਪਾਦਨ ਵੀ ਘੱਟ ਰਿਹਾ, ਸੀਮਾਂਤ ਉਤਪਾਦਨ ਵੀ ਘੱਟ ਰਿਹਾ, ਸੀਮਾਂਤ ਉਤਪਾਦਨ ਵਿੱਚ ਕਮੀ ਔਸਤ ਉਤਪਾਦਨ ਦੇ ਨਾਲੋਂ ਜ਼ਿਆਦਾ ਹੋ ਰਹੀ ਹੈ। ਤਾਂ ਇਸ ਸਟੇਜ ਨੂੰ ਸੈਕਿੰਡ ਸਟੇਜ ਅਸੀਂ ਕਹਿ ਰਹੇ ਉਤਪਾਦਨ ਦੀ ਜਿਹੜੀ ਹੈ ਦੂਸਰੀ ਸਥਿਤੀ ਕਹਿ ਰਹੇ, ਦੂਸਰਾ ਚਰਨ ਕਹਿ ਰਹੇ। ਅਤੇ ਜਦੋਂ 8 ਤੋਂ ਵੱਧ ਮਜ਼ਦੂਰਾਂ ਦੀ ਇਕਾਈਆਂ ਲਗਾਈਆਂ ਜਾਂਦੀਆਂ ਤਾਂ ਸੀਮਾਂਤ ਉਤਪਾਦਨ ਜਿਹੜਾ ਉਹ ਨੈਗੇਟਿਵ ਹੋ ਜਾਂਦਾ ਹੈ ਅਤੇ ਔਸਤ ਉਤਪਾਦਨ ਜਿਹੜਾ ਉਹ ਪੋਜ਼ਿਟਿਵ ਹੋ ਜਾਂਦਾ, ਪੋਜ਼ਿਟਿਵ ਹੀ ਰਹਿੰਦਾ ਹੈ, ਪਰੰਤੂ ਟੋਟਲ ਪ੍ਰੋਡਕਸ਼ਨ ਦੇ ਵਿੱਚ ਕਮੀ ਹੋਣੀ ਸ਼ੁਰੂ ਹੋ ਜਾਂਦੀ ਹੈ। ਤਾਂ ਇਹ ਸਟੇਜ ਕੀ ਹੈ? 3rd ਸਟੇਜ ਹੈ। ਇਸ ਫਸਟ, ਸੈਕਿੰਡ, 3rd ਸਟੇਜ ਨੂੰ ਇਸ ਦੇ ਵਿੱਚ ਲਿਖਿਆ ਹੋਇਆ ਹੈ। ਜਿੱਦਾਂ ਫਸਟ ਸਟੇਜ ਦੇ ਵਿੱਚ ਜਿਹੜਾ ਟੋਟਲ ਪ੍ਰੋਡਕਸ਼ਨ ਜਿਹੜਾ ਇਨਕਰੀਜ਼ਿੰਗ ਰੇਟ ਦੇ ਨਾਲ ਇਨਕਰੀਜ਼ ਕਰਦਾ ਅਤੇ ਬਾਅਦ ਦੇ ਵਿੱਚ ਡਿਮਨੀਸ਼ਿੰਗ ਰੇਟ ਦੇ ਨਾਲ ਇਨਕਰੀਜ਼ ਕਰਦਾ। ਅਤੇ ਇਸ ਸਟੇਜ ਦੇ ਵਿੱਚ ਮਾਰਜਨ ਪ੍ਰੋਡਕਸ਼ਨ ਜਿਹੜਾ ਹੈ ਉਹ ਇਨਕਰੀਜ਼ ਕਰਦਾ ਅਤੇ ਮੈਕਸੀਮਮ ਪੁਆਇੰਟ 'ਤੇ ਪਹੁੰਚ ਜਾਂਦਾ ਹੈ ਅਤੇ ਉਸ ਤੋਂ ਬਾਅਦ ਜਿਹੜਾ ਹੈ ਉਹ ਘਟਣਾ ਸ਼ੁਰੂ ਹੋ ਜਾਂਦਾ। ਅਤੇ ਐਵਰੇਜ ਪ੍ਰੋਡਕਸ਼ਨ ਜਿਹੜਾ ਹੈ ਉਹ ਲਗਾਤਾਰ ਕੀ ਹੈ ਪਤਾ ਜਾਂਦਾ। ਤਾਂ ਫਿਗਰ ਦੇ ਵਿੱਚ ਅਸੀਂ ਦੇਖਦੇ ਹਾਂ ਅਪ ਟੂ ਐਫ, ਦਿਸ ਇਜ਼ ਦਾ ਫਸਟ ਸਟੇਜ। ਜਿਹੜਾ ਜਦੋਂ ਟੋਟਲ ਪ੍ਰੋਡਕਸ਼ਨ ਇਨਕਰੀਜ਼ਿੰਗ ਰੇਟ ਦੇ ਨਾਲ ਇਨਕਰੀਜ਼ ਕਰ ਰਿਹਾ, ਮਾਰਜਨ ਪ੍ਰੋਡਕਸ਼ਨ ਇਨਕਰੀਜ਼ ਕਰ ਰਿਹਾ, ਐਵਰੇਜ ਪ੍ਰੋਡਕਸ਼ਨ ਇਨਕਰੀਜ਼ ਕਰ ਰਿਹਾ ਅਪ ਟੂ ਪੁਆਇੰਟ ਈ ਡਾਇਗਰਾਮ ਦੇ ਵਿੱਚ। ਅਤੇ ਫਿਰ ਜਦੋਂ ਮੈਕਸੀਮਮ ਮਾਰਜਨ ਪ੍ਰੋਡਕਸ਼ਨ ਜਿਹੜਾ ਹੈ ਉਹ ਮੈਕਸੀਮਮ ਤੋਂ ਬਾਅਦ ਘਟਣਾ ਸ਼ੁਰੂ ਹੋ ਜਾਂਦਾ ਹੈ ਅਤੇ ਐਵਰੇਜ ਪ੍ਰੋਡਕਸ਼ਨ ਵੱਧਦਾ ਹੀ ਰਹਿੰਦਾ ਹੈ, ਤਾਂ ਇਹ ਪੁਆਇੰਟਸ ਜਿਹੜੇ ਨੇ ਈ ਐਂਡ ਐਚ ਡਾਇਗਰਾਮ ਦੇ ਵਿੱਚ, ਈ ਐਂਡ ਐਚ ਦਾ ਪੁਆਇੰਟ। ਹੁਣ ਜਿਹੜੀ ਇਹ ਇੱਥੇ ਫਸਟ ਸਟੇਜ ਆਪਾਂ ਪਹਿਲਾਂ ਡਿਸਕਸ ਕਰ ਚੁੱਕੇ ਹਾਂ। ਸੈਕਿੰਡ ਸਟੇਜ ਦੇ ਵਿੱਚ ਟੋਟਲ ਪ੍ਰੋਡਕਸ਼ਨ ਜਿਹੜਾ ਹੈ ਉਹ ਡਿਮਨੀਸ਼ਿੰਗ ਰੇਟ ਦੇ ਨਾਲ ਘਟਦੀ ਹੀ ਦਰ ਦੇ ਨਾਲ ਜਦੋਂ ਵੱਧਦਾ ਹੈ ਤਾਂ ਮਾਰਜਨ ਪ੍ਰੋਡਕਸ਼ਨ ਜਿਹੜਾ ਹੈ ਲਗਾਤਾਰ ਘਟਦਾ ਹੈ। ਅਤੇ ਐਵਰੇਜ ਪ੍ਰੋਡਕਸ਼ਨ ਜਿਹੜਾ ਹੈ ਉਹ ਮੈਕਸੀਮਮ 'ਤੇ ਪਹੁੰਚ ਜਾਂਦਾ ਹੈ ਅਤੇ ਉਹ ਐਮ ਪੀ ਦੇ ਮਤਲਬ ਮਾਰਜਨ ਪ੍ਰੋਡਕਸ਼ਨ ਦੇ ਬਰਾਬਰ ਹੁੰਦਾ ਹੈ ਅਤੇ ਉਸ ਤੋਂ ਬਾਅਦ ਐਵਰੇਜ ਪ੍ਰੋਡਕਸ਼ਨ ਜਿਹੜੀ ਹੈ ਉਹ ਘਟਣਾ ਸ਼ੁਰੂ ਹੋ ਜਾਂਦੀ। ਅਤੇ ਫਿਗਰ ਦੇ ਵਿੱਚ ਅਸੀਂ ਇਹ ਪੁਆਇੰਟਸ ਜਿਹੜੇ ਨੇ ਐਫ ਐਂਡ, ਦਿਸ ਇਜ਼ ਦਾ ਐਫ ਪੁਆਇੰਟ, ਅਤੇ ਜਿਹੜਾ ਹੈ ਉਹ
ਜੇ ਪੁਆਇੰਟ ਦਿਸ ਇਜ਼ ਅ ਪੁਆਇੰਟ ਜੇ ਇਹ ਅਸੀਂ ਦਿਸ ਇਜ਼ ਅ ਪੁਆਇੰਟ ਜੇ ਇਹ ਆਈ ਵੀ ਹੈ ਦਿਸ ਇਜ਼ ਅ ਪੁਆਇੰਟ ਜੇ ਇਹ ਸ਼ੁਰੂ ਹੋ ਜਦੋਂ ਸੈਕਿੰਡ ਸਟੇਜ ਦੇ ਵਿੱਚ ਟੋਟਲ ਪ੍ਰੋਡਕਸ਼ਨ ਮੈਕਸੀਮਮ ਪਹੁੰਚ ਜਾਂਦਾ ਅਤੇ ਬਾਅਦ 'ਚ ਘਟਣਾ ਸ਼ੁਰੂ ਹੋ ਜਾਂਦਾ ਅਤੇ ਇੱਥੇ ਮਾਰਜਨ ਪ੍ਰੋਡਕਸ਼ਨ ਜਦੋਂ ਜ਼ੀਰੋ ਹੋ ਜਾਂਦੀ ਅਤੇ ਐਵਰ ਪ੍ਰੋਡਕਸ਼ਨ ਲਗਾਤਾਰ ਘੱਟਦਾ ਰਹਿੰਦਾ ਲੇਕਿਨ ਰਹਿੰਦਾ ਪੋਜੀਟਿਵ ਇਹ ਡਾਇਗ੍ਰਾਮ ਦੇ ਵਿੱਚ ਪੁਆਇੰਟ ਜੀ ਅਤੇ ਕੇ ਨਾਲ ਸ਼ੋ ਹੋਇਆ ਆ ਸਾਡੇ ਕੋਲ ਪੁਆਇੰਟ ਜੀ ਹੈ ਦਿਸ ਇਜ਼ ਦਾ ਕੇ ਇਹ ਐਸ ਨਹੀਂ ਹੈਗਾ ਦਿਸ ਇਜ਼ ਦਾ ਪੁਆਇੰਟ ਜੀ ਹੈ ਹੁਣ ਜਿਹੜੀ ਥਰਡ ਸਟੇਜ ਦੇ ਵਿੱਚ ਟੋਟਲ ਪ੍ਰੋਡਕਸ਼ਨ ਲਗਾਤਾਰ ਘੱਟਦਾ ਜਾਂਦਾ ਮਾਰਜਨ ਪ੍ਰੋਡਕਸ਼ਨ ਨੈਗੇਟਿਵ ਹੋ ਜਾਂਦਾ ਅਤੇ ਐਵਰੇਜ ਪ੍ਰੋਡਕਸ਼ਨ ਜਿਹੜਾ ਲਗਾਤਾਰ ਘਟਦਾ ਜਾਂਦਾ ਅਤੇ ਇਹ ਜਿਹੜਾ ਕਰਵ ਦੇ ਵਿੱਚ ਜੇ ਐਂਡ ਕੇ ਤੋਂ ਜਿਹੜੇ ਬਾਅਦ ਵਾਲੇ ਪੁਆਇੰਟਸ ਨੇ ਇਸ ਦਾ ਪੁਆਇੰਟ ਕੇ ਅਤੇ ਇਸ ਤੋਂ ਬਾਅਦ ਵਾਲੇ ਜਿਹੜੇ ਪੁਆਇੰਟਸ ਨੇ ਅਜੀ ਅਜੀਤ ਤੋਂ ਬਾਅਦ ਵਾਲੇ ਜਿਹੜੇ ਪੁਆਇੰਟਸ ਨੇ ਤਾਂ ਇਸ ਇਹ ਸਾਨੂੰ ਸ਼ੋਅ ਕਰਦੇ ਨੇ ਥਰਡ ਸਟੇਜ ਤਾਂ ਜਿਹੜੀਆਂ ਤੀਜੀ ਸਟੇਜ ਦੇ ਵਿੱਚ ਅਸੀਂ ਇਹ ਸਾਰਾ ਕੁਛ ਐਕਸਪਲੇਨ ਕਰਤਾ ਇਹ ਸਾਰਾ ਕੁਛ ਜੋ ਵੀ ਅਸੀਂ ਹੁਣ ਕੀਤਾ ਤਾਂ ਹੁਣ ਇੱਕ ਜਿਹੜਾ ਪ੍ਰੋਡਿਊਸਰ ਹੈ ਕੁਐਸਚਨ ਰਾਈਜ਼ ਹੁੰਦਾ ਹੈ ਕਿ ਰੈਸ਼ਨਲ ਪ੍ਰੋਡਿਊਸਰ ਜਿਹੜਾ ਹੈ ਕਿਸ ਸਟੇਜ ਦੇ ਵਿੱਚ ਪ੍ਰੋਡਿਊਸ ਕਰੇਗਾ ਕੀ ਉਹ ਸਟੇਜ 1 'ਚ ਪ੍ਰੋਡਿਊਸ ਕਰੇਗਾ ਸਟੇਜ 2 'ਚ ਪ੍ਰੋਡਿਊਸ ਕਰੇਗਾ ਜਾਂ ਸਟੇਜ 3 'ਚ ਪ੍ਰੋਡਿਊਸ ਕਰੇਗਾ ਇਹ ਰੈਸ਼ਨਲ ਪ੍ਰੋਡਿਊਸਰ ਜਿਹੜਾ ਹੈ ਵਿਵੇਕਸ਼ੀਲ ਜਿਹੜਾ ਉਤਪਾਦਕ ਹੈ ਉਹ ਸਟੇਜ 2 ਦੇ ਵਿੱਚ ਓਪਰੇਟ ਕਰੇਗਾ ਸਟੇਜ 2 ਦੇ ਵਿੱਚ ਪ੍ਰੋਡਕਸ਼ਨ ਕਰੇਗਾ ਲੇਕਿਨ ਇਹ ਬੜਾ ਮੁਸ਼ਕਿਲ ਹੈ ਟੂ ਫੋਲੋ ਵਾਈ ਪ੍ਰੋਡਕਸ਼ਨ ਵਿਲ ਨੋਟ ਬੀ ਡਨ ਇਨ ਸਟੇਜ 3 ਕਿ ਪ੍ਰੋਡਕਸ਼ਨ ਸਟੇਜ 3 'ਚ ਕਿਉਂ ਨਹੀਂ ਕਰੇਗਾ ਸਟੇਜ 3 ਦੇ ਵਿੱਚ ਲੈਸ ਆਊਟਪੁੱਟ ਇਜ਼ ਪ੍ਰੋਡਿਊਸਡ ਮਤਲਬ ਕਿ ਜਦੋਂ ਅਸੀਂ ਮਜ਼ਦੂਰਾਂ ਦੀ ਕਹੀ ਵਿੱਚ ਹੋਰ ਵਾਧਾ ਕਰਦੇ ਹਾਂ ਤਾਂ ਕੁੱਲ ਉਤਪਾਦਨ ਜਿਹੜਾ ਹੈ ਉਹਨਾਂ ਨਹੀਂ ਹੁੰਦਾ ਜਿੰਨਾ ਕਿ ਸਟੇਜ 2 ਦੇ ਵਿੱਚ ਹੁੰਦਾ ਇਸਦਾ ਮਤਲਬ ਕੀ ਹੋਇਆ ਕਿ ਪ੍ਰੋਡਕਸ਼ਨ ਜਿਹੜੀ ਕੋਸਟ ਹੈ ਉਹ ਸਟੇਜ 3 ਦੇ ਵਿੱਚ ਕੀ ਹੋਏਗੀ ਜ਼ਿਆਦਾ ਹੋਏਗੀ ਅਤੇ ਸਟੇਜ 2 ਦੇ ਵਿੱਚ ਜਿਹੜੀ ਹੈ ਪ੍ਰੋਡਕਸ਼ਨ ਕੋਸਟ ਜਿਹੜੀ ਆ ਉਹ ਘੱਟ ਇਸ ਕਰਕੇ ਪ੍ਰੋਡਿਊਸਰ ਜਿਹੜਾ ਹੈ ਵਿਵੇਕਸ਼ੀ ਜਿਹੜਾ ਪ੍ਰੋਡਿਊਸਰ ਹੈ ਉਹ ਹਮੇਸ਼ਾ ਹੀ ਅਕੁਸ਼ਲਤਾ ਨੂੰ ਇਨਐਫੀਸ਼ੀਸ ਨੂੰ ਅਵੋਇਡ ਕਰੇਗਾ ਅਤੇ ਇਹੋ ਜਿਹੇ ਪ੍ਰੋਡਕਸ਼ਨ ਇਨਪੁੱਟ ਨੂੰ ਇਹੋ ਜਿਹੀ ਟੈਕਨੋਲੋਜੀ ਨੂੰ ਯੂਜ ਕਰੇਗਾ ਕਿ ਉਸਨੂੰ ਮੈਕਸੀਮਮ ਪ੍ਰੋਡਕਸ਼ਨ ਮਿਲੇ ਮੈਕਸੀਮਮ ਉਤਪਾਦਨ ਮਿਲੇ ਅਤੇ ਮਿਨੀਮਮ ਕੋਸਟ ਹੋਵੇ ਅਤੇ ਉਸ ਹਾਲਤ ਦੇ ਵਿੱਚ ਉਸਨੂੰ ਜਿਹੜਾ ਪ੍ਰੋਫਿਟ ਹੈ ਉਹ ਵੀ ਕੀ ਹੋਏਗਾ ਮੈਕਸੀਮਮ ਤਾਂ ਹੁਣ ਅਸੀਂ ਡਿਸਕਸ ਕਰਦੇ ਹਾਂ ਜਿਹੜਾ ਲਾਅ ਆਫ ਇਨਕਰੀਜ਼ਿੰਗ ਰਿਟਰਨਸ ਲਾਅ ਆਫ ਇਨਕਰੀਜ਼ਿੰਗ ਰਿਟਰਨ ਜਿਹੜਾ ਹੈ ਕੀ ਹੁੰਦਾ ਜਦੋਂ ਅਸੀਂ ਸਥਿਰ ਸਾਧਨਾਂ ਦੇ ਉੱਤੇ ਪਰਿਵਰਤਨਸ਼ੀਲ ਸਾਧਨ ਜਿਸ ਤਰ੍ਹਾਂ ਪੂੰਜੀ ਸਥਿਰ ਪੂੰਜੀ ਦੇ ਉੱਤੇ ਮਜ਼ਦੂਰਾਂ ਦੀ ਇਕਾਈਆਂ ਵਿੱਚ ਲਗਾਤਾਰ ਵਾਧਾ ਕਰਦੇ ਹਾਂ ਤਾਂ ਕੁੱਲ ਉਤਪਾਦਨ ਵਿੱਚ ਜੇ ਵਧਦੀ ਹੋਈ ਦਰ ਨਾਲ ਵਾਧਾ ਹੋਵੇ ਤਾਂ ਉਸ ਉਤਪਾਦਨ ਅਤੇ ਸਮਾਨ ਉਤਪਾਦਨ ਵਿੱਚ ਵਾਧਾ ਹੋਵੇ ਤਾਂ ਇਸ ਨੂੰ ਵੱਧਦੇ ਪ੍ਰਤੀਫਲ ਦਾ ਜਿਹੜਾ ਨਿਯਮ ਕਹਿੰਦੇ ਦੈਟ ਇਜ਼ ਦਾ ਲਾਅ ਆਫ ਇਨਕਰੀਜ਼ਿੰਗ ਰਿਟਰਨਸ ਤਾਂ ਇਹ ਇਨਕਰੀਜ਼ਿੰਗ ਰਿਟਰਨ ਜਿਹੜੀ ਹੈ ਕਿਉਂ ਹੁੰਦਾ ਹੈ ਇਨਕਰੀਜ਼ ਇਨ ਲੇਬਰ ਐਂਡ ਕੈਪੀਟਲ ਜਦੋਂ ਅਸੀਂ ਸਥਿਰ ਪੂੰਜੀ ਦੇ ਉੱਤੇ ਲੇਬਰ ਦੇ ਵਿੱਚ ਵਾਧਾ ਕਰਦੇ ਹਾਂ ਤਾਂ ਜਿਹੜੀ ਔਰਗਨਾਈਜੇਸ਼ਨ ਦੇ ਵਿੱਚ ਇੰਪਰੂਵਮੈਂਟ ਆਉਂਦੀ ਹੈ ਜਿਸ ਦੇ ਨਾਲ ਮਜ਼ਦੂਰਾਂ ਦੀ ਅਤੇ ਪੂੰਜੀ ਦੀ ਜਿਹੜੀ ਐਫੀਸ਼ੀਐਂਸੀ ਹੈ ਕੁਸ਼ਲਤਾ ਦੇ ਵਿੱਚ ਵਾਧਾ ਹੁੰਦਾ ਅਤੇ ਇੰਡਸਟਰੀ ਦੇ ਵਿੱਚ ਜਿਹੜੀਆਂ ਇੰਡਸਟਰੀਜ ਕੱਚੇ ਮਾਲ ਨੂੰ ਦੇ ਵਿੱਚ ਜ਼ਿਆਦਾ ਇਨਵੋਲਵ ਨਹੀਂ ਹੁੰਦੀਆਂ ਤਾਂ ਲੇਬਰ ਅਤੇ ਕੈਪੀਟਲ ਦੇ ਵਿੱਚ ਜਦੋਂ ਵਾਧਾ ਹੁੰਦਾ ਤਾਂ ਜਿੰਨਾ ਲੇਬਰ ਅਤੇ ਕੈਪੀਟਲ ਵਿੱਚ ਵਾਧਾ ਅਸੀਂ ਕਰਦੇ ਹਾਂ ਉਸ ਤੋਂ ਜ਼ਿਆਦਾ ਅਨੁਪਾਤ ਦੇ ਵਿੱਚ ਉਤਪਾਦਨ ਦੇ ਵਿੱਚ ਕੀ ਹੁੰਦਾ ਹੈ ਵਾਧਾ ਹੁੰਦਾ ਤਾਂ
ਤਾਂ ਇਹ ਇਨਕਰੀਜ਼ਿੰਗ ਰਿਟਰਨ ਜਿਹੜਾ ਹੈ ਇਹ ਕਿਉਂ ਓਪਰੇਟ ਹੁੰਦਾ, ਵਾਈ ਦਾ ਇਨਕਰੀਜ਼ਿੰਗ ਰਿਟਰਨ ਓਪਰੇਟ? ਇਹ ਮੇਨ ਕਾਰਨ ਜਿਹੜੇ ਹੈਗੇ ਆ, ਨੰਬਰ ਵਨ ਜਿਹੜਾ ਅਸੀਂ ਕਹਿ ਸਕਦੇ ਹਾਂ ਉਹ ਕਾਰਨ ਹੈ ਇਲਾਸਟਿਕ ਸਪਲਾਈ। ਜਿਹੜੇ ਫੈਕਟਰੀਜ਼ ਆਫ ਪ੍ਰੋਡਕਸ਼ਨ ਨੇ, ਸਪੈਸ਼ਲੀ ਫੈਕਟਰੀਜ਼ ਦੇ ਵਿੱਚ, ਇੰਡਸਟਰੀ ਦੇ ਵਿੱਚ, ਇਹਨਾਂ ਦੀ ਸਪਲਾਈ ਜਿਹੜੀ ਹੈ ਇਲਾਸਟਿਕ ਹੁੰਦੀ ਹੈ। ਇਹਨਾਂ ਨੂੰ ਅਸੀਂ ਕਿਸੇ ਵੀ ਲੈਵਲ ਤੱਕ ਜਿਹੜਾ ਹੈ ਇਨਕਰੀਜ਼ ਕਰ ਸਕਦੇ ਹਾਂ। ਜਿਹੜਾ ਰੋਲ ਆਫ ਲੈਂਡ ਹੈ ਮੈਨੂਫੈਕਚਰਿੰਗ ਇੰਡਸਟਰੀ ਦੇ ਵਿੱਚ ਉਹ ਘੱਟ ਹੁੰਦਾ, ਲੇਬਰ ਦੇ ਨਾਲੋਂ, ਕੈਪੀਟਲ ਦੇ ਨਾਲੋਂ ਅਤੇ ਐਂਟਰਪ੍ਰੀਨਿਓਰ ਦੇ ਨਾਲੋਂ। ਅਤੇ ਸਾਨੂੰ ਪਤਾ ਹੈ ਕਿ ਜਿਹੜੀ ਲੈਂਡ ਦੀ ਜਿਹੜੀ ਸਪਲਾਈ ਹੈ ਉਹ ਇਨਇਲਾਸਟਿਕ ਹੁੰਦੀ ਹੈ, ਉਹਦੇ ਵਿੱਚ ਘਾਟਾ ਵਾਧਾ ਜਿਹੜਾ ਨਹੀਂ ਕੀਤਾ। ਪਰੰਤੂ ਜਿਹੜੀ ਲੇਬਰ ਅਤੇ ਪੂੰਜੀ ਦੀ ਜਿਹੜੀ ਸਪਲਾਈ ਹੈ ਉਹ ਸਥਿਰ ਨਹੀਂ ਹੁੰਦੀ, ਉਹਨਾਂ ਨੂੰ ਲੋੜ ਪੈਣ 'ਤੇ ਘਟਾਇਆ ਵਧਾਇਆ ਜਾਣਾ ਸਰ। ਤਾਂ ਜਿਹੜੀ ਕਿਉਂਕਿ ਸਪਲਾਈ ਜਿਹੜੀ ਹੈ ਲੇਬਰ ਅਤੇ ਕੈਪੀਟਲ ਦੀ ਇਲਾਸਟਿਕ ਹੈ ਮੈਨੂਫੈਕਚਰਿੰਗ ਇੰਡਸਟਰੀ ਦੇ ਵਿੱਚ, ਜਿਸ ਦੇ ਕਾਰਨ ਪੱਤੇ ਪੱਤੇ ਫੁੱਲਾਂ ਨਿਯਮ ਜਿਹੜਾ ਹੈ ਲਾਗੂ, ਸਪੈਸ਼ਲੀ ਇੰਡਸਟਰੀ ਦੇ ਵਿੱਚ। ਦੂਸਰਾ ਜਿਹੜਾ ਕਾਰਨ ਹੈ ਕਿ ਇੰਡਸਟਰੀ ਦੇ ਵਿੱਚ ਲਗਾਤਾਰ ਜਿਹੜੀਆਂ ਇਨਵੈਂਸ਼ਨਸ ਨੇ, ਰਿਸਰਚਿਸ ਨੇ ਹੁੰਦੀਆਂ ਰਹਿੰਦੀਆਂ, ਤਾਂ ਜਿਸ ਦੇ ਨਾਲ ਇਹੋ ਜਿਹੇ ਮੈਥਡ ਖੋਜ ਕੀਤੇ ਜਾਂਦੇ ਨੇ ਜਿਹਦੇ ਨਾਲ ਘੱਟ ਤੋਂ ਘੱਟ ਸਾਧਨਾਂ ਦੇ ਨਾਲ, ਘੱਟ ਤੋਂ ਘੱਟ ਕੋਰਸ ਦੇ ਨਾਲ ਵੱਧ ਤੋਂ ਵੱਧ ਉਤਪਾਦਨ ਹੋ ਸਕੇ ਅਤੇ ਪ੍ਰਤੀ ਇਕਾਈ ਉਤਪਾਦਨ ਦੀ ਲਾਗਤ ਜਿਹੜੀ ਹੈ ਉਹ ਘੱਟ ਸਕਿਆ। ਠੀਕ ਹੈ ਜੀ। ਤੀਸਰਾ ਜਿਹੜਾ ਕਾਰਨ ਹੈ ਉਹ ਹੈ ਡਿਵੀਜ਼ਨ ਆਫ ਲੇਬਰ। ਸਪੈਸ਼ਲੀ ਅਸੀਂ ਫੈਕਟਰੀਆਂ ਦੇ ਵਿੱਚ ਜਿਹੜੀ ਮਜ਼ਦੂਰਾਂ ਨੂੰ ਛੋਟੇ ਛੋਟੇ ਕੰਮਾਂ ਦੇ ਵਿੱਚ ਡਿਵਾਈਡ ਕਰ ਸਕਦੇ ਹਾਂ, ਜਿਹੜਾ ਕਿ ਖੇਤਾਂ ਦੇ ਵਿੱਚ ਐਗਰੀਕਲਚਰ ਸੈਕਟਰ ਦੇ ਵਿੱਚ ਜ਼ਿਆਦਾ ਪੋਸੀਬਲ ਨਹੀਂ ਹੁੰਦਾ। ਇੱਕ ਲਿਮਿਟ ਤੱਕ ਹੀ ਅਸੀਂ ਡਿਵੀਜ਼ਨ ਆਫ ਲੇਬਰ ਐਗਰੀਕਲਚਰ ਸੈਕਟਰ 'ਚ ਕਰ ਸਕਦੇ ਹਾਂ, ਪਰੰਤੂ ਇੰਡਸਟਰੀ ਦੇ ਵਿੱਚ ਅਸੀਂ ਕਿਸੇ ਵੀ ਐਕਸਟੈਂਡ ਤੱਕ ਡਿਵੀਜ਼ਨ ਆਫ ਲੇਬਰ ਜਿਹੜਾ ਹੈ ਉਹ ਕਰ ਸਕਦਾ, ਜਿਸ ਦੇ ਨਾਲ ਐਫੀਸ਼ੈਂਸੀ ਆਫ ਪ੍ਰੋਡਕਸ਼ਨ ਜਿਹੜੀ ਹੈ ਉਹ ਕੀ ਹੈ, ਇਨਕਰੀਜ਼ ਹੋ। ਫਿਰ ਜਿਹੜਾ ਚੌਥਾ ਕਾਰਨ ਹੈ ਸਪੈਸ਼ਲੀ ਇੰਡਸਟਰੀ ਵਿੱਚ ਵੱਧੇ ਪ੍ਰਤੀਫਲ ਦਾ ਨਿਯਮ ਲਾਗੂ ਹੋਣ ਦਾ, ਉਹ ਇਹ ਹੁੰਦਾ ਕਿ ਜਿਹੜੀ ਇੰਡਸਟਰੀ ਦੇ ਵਿੱਚ ਮਸ਼ੀਨਾਂ ਦਾ ਜਿਹੜਾ ਯੂਜ ਹੈ ਉਹ ਖੇਤੀਬਾੜੀ ਦੇ ਨਾਲੋਂ ਕੀ ਹੁੰਦਾ, ਜ਼ਿਆਦਾ ਹੁੰਦਾ, ਅਤੇ ਮਸ਼ੀਨਾਂ ਦੀ ਜਿਹੜੀ ਰਿਟਰਨ ਹੈ, ਜਿਹੜਾ ਪ੍ਰਤੀਫਲ ਹੈ ਉਹ ਐਗਰੀਕਲਚਰ ਦੇ ਨਾਲੋਂ ਜ਼ਿਆਦਾ ਹੁੰਦਾ। ਜਿਹੜੀ ਪ੍ਰੋਡਕਟੀਵਿਟੀ ਹੈ ਉਹ ਕੀ ਕੰਪੈਰੀਟਿਵਲੀ ਜ਼ਿਆਦਾ ਹੁੰਦੀ ਹੈ, ਅਤੇ ਜੇ ਮਸ਼ੀਨਾਂ ਦੀ ਉਤਪਾਦਕਤਾ ਘੱਟ ਹੈ ਤਾਂ ਉਹਦੇ ਵਿੱਚ ਜਿਹੜੀ ਅਸੀਂ ਇੰਪਰੂਵਡ ਟੈਕਨੋਲੋਜੀ ਜਿਹੜੀ ਯੂਜ ਕਰਕੇ ਪ੍ਰੋਡਕਟੀਵਿਟੀ ਨੂੰ ਵਧਾ ਸਕਦੇ ਹਾਂ, ਜਿਸ ਦੇ ਨਾਲ ਕੋਸਟ ਆਫ ਪ੍ਰੋਡਕਸ਼ਨ ਜਿਹੜੀ ਹੈ ਉਹ ਕੀ ਹੈ ਘੱਟ। ਫਿਰ ਪੰਜਵਾਂ ਕਾਰਨ ਹੈ ਲੈਸ ਇਨਫਲੂਐਂਸ ਆਫ ਨੇਚਰ, ਅਤੇ ਕੁਦਰਤ ਦਾ, ਪ੍ਰਕਿਰਤੀ ਦਾ ਜਿਹੜਾ ਪ੍ਰਭਾਵ ਹੈ ਉਹ ਇੰਡਸਟਰੀਜ਼ 'ਤੇ ਘੱਟ ਪੈਂਦਾ ਜਾਂ ਨਾ ਮਾਤਰ ਪੈਂਦਾ। ਜਿਸ ਤਰ੍ਹਾਂ ਜਿਹੜਾ ਕਲਾਈਮੇਟਿਕ ਚੇਂਜਿਸ ਨੇ, ਮੌਸਮ ਦੇ ਵਿੱਚ ਜਿਹੜੀ ਤਬਦੀਲੀ ਆਉਂਦੀ ਹੈ, ਗਰਮੀ, ਸਰਦੀ, ਬਰਸਾਤ, ਉਹਦਾ ਜਿਹੜਾ ਪ੍ਰਭਾਵ ਹੈ ਇੰਡਸਟਰੀ 'ਤੇ ਘੱਟ ਪੈਂਦਾ ਅਤੇ ਐਗਰੀਕਲਚਰ 'ਤੇ ਬਹੁਤ ਜ਼ਿਆਦਾ ਹੁੰਦਾ। ਇਸ ਕਰਕੇ ਇਹ ਜਿਹੜਾ ਵੱਧੇ ਪ੍ਰਤੀਫਲ ਦਾ ਨਿਯਮ ਲਾਗੂ ਹੁੰਦਾ। ਮੈਂ ਵੱਧੇ ਪ੍ਰਤੀਫਲ ਦਾ ਨਿਯਮ ਕੀ ਹੁੰਦਾ ਮੈਂ ਦੱਸ ਚੁੱਕਿਆ ਕਿ ਜਦੋਂ ਸਥਿਰ ਸਾਧਨਾਂ ਦੇ ਉੱਤੇ ਪਰਿਵਰਤਨਸ਼ੀਲ ਸਾਧਨ ਦੇ ਵਿੱਚ ਵਾਧਾ ਕੀਤਾ ਜਾਂਦਾ ਤਾਂ ਉਸ ਹਾਲਤ ਦੇ ਵਿੱਚ ਜਦੋਂ ਕੁੱਲ ਉਤਪਾਦਨ ਵਿੱਚ ਵਾਧਾ ਵੱਧੀ ਹੋਈ ਦਰ ਨਾਲ ਹੋਵੇ ਅਤੇ ਉਸ ਤੱਕ ਸਮਾਨ ਉਤਪਾਦਨ ਵਿੱਚ ਵਾਧਾ ਹੋਵੇ ਅਤੇ ਜਦੋਂ ਕੁੱਲ ਉਤਪਾਦਨ ਵਿੱਚ ਵਾਧਾ ਵੱਧੀ ਹੋਈ ਦਰ ਨਾਲ ਹੋ ਰਿਹਾ, ਉਸ ਉਤਪਾਦਨ ਅਤੇ ਸਮਾਨ ਉਤਪਾਦਨ ਵਿੱਚ ਵਾਧਾ ਹੋ ਰਿਹਾ ਤਾਂ ਜਿਹੜੀ ਲਾਗਤ ਹੈ ਉਹ ਲਗਾਤਾਰ ਕੀ ਹੋਏਗੀ, ਘੱਟ ਹੋਏਗੀ। ਦੈਟ ਇਜ ਦਾ ਇਨਕਰੀਜ਼ਿੰਗ ਰਿਟਰਨ। ਅਤੇ ਇਸਦੇ ਵਿੱਚ ਜਿਹੜਾ ਰੀਜ਼ਨ ਹੋਰ ਵੀ ਦਿੱਤੇ, ਓਪਟੀਮਮ ਕੰਬੀਨੇਸ਼ਨ ਆਫ ਫੈਕਟਰੀਜ਼ ਆਫ ਪ੍ਰੋਡਕਸ਼ਨ, ਕਿ ਅਸੀਂ ਜਿਹੜਾ ਸਥਿਰ ਅਤੇ ਵੇਰੀਏਬਲ ਫੈਕਟਰ ਜਿਹੜੇ ਨੇ, ਪਰਿਵਰਤਨਸ਼ੀਲ ਸਾਧਨ ਨੇ, ਉਹਨਾਂ ਦਾ ਇੱਕ ਓਪਟੀਮਮ ਕੰਬੀਨੇਸ਼ਨ, ਇਸ਼ਟਮ ਕੰਬੀਨੇਸ਼ਨ ਜਿਹੜਾ ਹੈ ਉਹ ਯੂਜ ਕਰਕੇ ਉਤਪਾਦਨ ਦੇ ਵਿੱਚ ਵਾਧਾ ਕਰ ਸਕਦੇ। ਫਿਰ ਇਹਦੇ ਵਿੱਚ ਅਸੀਂ ਜੋ ਜਿਉਂ ਜਿਉਂ ਫਿਕਸ ਫੈਕਟਰ ਦੇ ਉੱਤੇ ਵੇਰੀਏਬਲ ਫੈਕਟਰ ਜਿਹੜਾ ਲਗਾਈ ਜਾਂਦਾ ਹੈ,
ਤਾਂ ਇਹਨਾਂ ਦੀ ਪ੍ਰਪੋਰਸ਼ਨ ਦੇ ਵਿੱਚ ਜਿਹੜਾ ਫਿਕਸ ਫੈਕਟਰ ਦੀ ਜਿਹੜੀ ਐਫੀਸ਼ੀਐਂਸੀ ਹੈ ਉਹ ਇਨਕਰੀਜ਼ ਹੋਈ ਜਾਂਦੀ ਹੈ, ਉਹਦਾ ਜਿਹੜਾ ਯੂਜ਼ ਹੈ ਉਹ ਕੰਪੈਰੇਟਿਵਲੀ ਜ਼ਿਆਦਾ ਹੋਈ ਜਾਂਦਾ। ਤਾਂ ਰੇਸ਼ੋ ਜਿਹੜੀ ਹੈ ਉਹ ਜ਼ਿਆਦਾ ਐਫੀਸ਼ੀਐਂਟ ਹੋਈ ਜਾਂਦੀ। ਤਾਂ ਇਸ ਵਿੱਚ ਜਿਹੜਾ ਹੈ ਉਹ ਜਿਹੜੀ ਕੋਆਰਡੀਨੇਸ਼ਨ ਦੀ ਜਿਹੜੀ ਫੈਕਟਰ ਦੀ ਜਿਹੜੀ ਫਿਕਸ ਅਤੇ ਵੇਰੀਅਬਲ ਫੈਕਟਰ ਦੇ ਵਿੱਚ ਜਿਹੜਾ ਕੋਆਰਡੀਨੇਸ਼ਨ ਹੈ, ਜਿਹੜਾ ਤਾਲਮੇਲ ਹੈ, ਉਹ ਵੀ ਬੈਟਰ ਹੋ ਜਾਂਦਾ। ਐਫੀਸ਼ੀਐਂਸੀ ਜਿਹੜੀ ਹੈ ਉਹ ਮੈਂ ਦੱਸ ਚੁੱਕਾ ਇਨਕਰੀਜ਼ ਹੋ ਜਾਂਦੀ ਹੈ। ਅਤੇ ਜਿਹੜੀ ਜਦੋਂ ਅਸੀਂ ਘੱਟ ਵੇਰੀਅਬਲ ਫੈਕਟਰ ਲਗਾਉਂਦੇ ਹਾਂ ਤਾਂ ਸਥਿਰ ਸਾਧਨ ਦੀ ਜਿਹੜੀ ਯੂਜ ਹੈ ਉਹ ਕੰਪੈਰੇਟਿਵਲੀ ਘੱਟ ਹੁੰਦਾ। ਜਿਉਂ ਜਿਉਂ ਅਸੀਂ ਫੈਕਟਰ ਨੂੰ ਯੂਜ ਕਰੀ ਜਾਂਦੇ ਹਾਂ ਤਾਂ ਉਹਦੀ ਜਿਹੜੀ ਯੂਟਿਲਿਟੀ ਹੈ, ਜਿਹੜੀ ਉਹਦਾ ਯੂਜ ਹੈ ਫਿਕਸ ਫੈਕਟਰ ਦਾ, ਉਹ ਕੀ ਹੈ ਲਗਾਤਾਰ ਵੱਧਦਾ ਜਾਂਦਾ। ਇਹ ਕਾਰਨ ਸੀਗੇ ਸਪੈਸੀਫਿਕਲੀ ਵਿਸ਼ੇਸ਼ ਤੌਰ 'ਤੇ ਇਹ ਉਦਯੋਗਾਂ 'ਤੇ ਲਾਗੂ ਹੁੰਦਾ, ਉਹਦੇ ਰੀਜ਼ਨ ਕੀ ਨੇ ਮੈਂ ਦੱਸ ਚੁੱਕਾ। ਹੁਣ ਜਿਹੜਾ ਕੌਂਸਟੈਂਟ ਰਿਟਰਨਸ ਹੈ ਜਾਂ ਸਮਾਨ ਪ੍ਰਤੀਫਲ ਦਾ ਜਿਹੜਾ ਨਿਯਮ ਹੈ, ਇਹ ਕੀ ਹੁੰਦਾ ਹੈ ਕਿ ਜਦੋਂ ਅਸੀਂ ਸਥਿਰ ਸਾਧਨਾਂ ਦੇ ਉੱਤੇ ਪਰਿਵਰਤਨਸ਼ੀਲ ਸਾਧਨ ਲਗਾਉਂਦੇ ਹਾਂ ਤਾਂ ਸਥਿਰ ਸਾਧਨਾਂ 'ਤੇ ਪਰਿਵਰਤਨਸ਼ੀਲ ਸਾਧਨ ਲਗਾਉਣ ਨਾਲ ਜਦੋਂ ਕੁੱਲ ਉਤਪਾਦਨ ਵਿੱਚ ਕੋਈ ਤਬਦੀਲੀ ਨਾ ਹੋਵੇ, ਕਹਿਣ ਦਾ ਮੁੱਲ ਜੇ ਅਸੀਂ ਇੱਕ ਮਜ਼ਦੂਰ ਲਗਾਉਂਦੇ ਹਾਂ ਉਹ ਜੇ 10 ਬੱਸਾਂ ਦੀ ਪੈਦਾਵਾਰ ਕਰਦਾ ਅਤੇ 2 ਮਜ਼ਦੂਰ ਲਗਾਉਂਦੇ ਹਾਂ ਤਾਂ ਕੁੱਲ ਉਤਪਾਦਨ ਵਿੱਚ ਵਾਧਾ ਜਿਹੜਾ ਹੈ ਉਹ ਸਮਾਨ ਦਰ ਨਾਲ ਹੋ ਰਿਹਾ, 10 ਤੋਂ 20 ਹੋ ਗਿਆ, 3 ਲਗਾਉਂਦੇ ਹਾਂ 20 ਤੋਂ 30 ਹੋ ਗਿਆ, 4 ਲਗਾਉਂਦੇ ਹਾਂ 30 ਤੋਂ 40 ਹੋ ਗਿਆ, 5 ਲਗਾਉਂਦੇ ਹਾਂ 40 ਤੋਂ 50 ਹੋ ਗਿਆ। ਤਾਂ ਇਸ ਤਰ੍ਹਾਂ ਸੇਮ ਰੇਟ ਦੇ ਨਾਲ, ਕੌਂਸਟੈਂਟ ਰੇਟ ਦੇ ਨਾਲ ਜਦੋਂ ਕੁੱਲ ਉਤਪਾਦਨ ਵਿੱਚ ਵਾਧਾ ਹੋਵੇ ਤਾਂ ਉਸ ਹਾਲਤ ਦੇ ਵਿੱਚ ਔਸਤ ਉਤਪਾਦਨ ਅਤੇ ਸਮਾਨਤ ਉਤਪਾਦਨ ਜਿਹੜੀਆਂ ਉਹ ਸਮਾਨ ਰਹਿਣਗੀਆਂ ਅਤੇ ਇੱਕ ਦੂਜੇ ਦੇ ਬਰਾਬਰ ਹੋਣਗੀਆਂ। ਮਤਲਬ ਕਿ ਅਤੇ ਇਹ ਜਿਹੜੀਆਂ ਕਰਵਸ ਨੇ, ਐਵਰੇਜ ਪ੍ਰੋਡਕਸ਼ਨ ਅਤੇ ਮਾਰਜਨ ਪ੍ਰੋਡਕਸ਼ਨ ਕਰਵ ਜਿਹੜੀ ਹੈ ਉਹ ਪੈਰਲਲ ਟੂ ਐਕਸ ਐਕਸਿਸ ਹੋਣਗੀਆਂ, ਇੱਕ ਦੂਜੇ ਬਰਾਬਰ ਹੋਣਗੀਆਂ, ਅਤੇ ਟੋਟਲ ਪ੍ਰੋਡਕਸ਼ਨ ਕਰਵ ਜਿਹੜੀ ਹੈ ਉਹ 45 ਡਿਗਰੀ ਐਂਗਲ 'ਤੇ ਹੋਏਗੀ। ਮਤਲਬ ਜਿੰਨਾ ਅਸੀਂ ਇਨਪੁੱਟ ਇਨਕਰੀਜ਼ ਕਰ ਰਹੇ ਹਾਂ, ਰੇਸ਼ੋ ਇਨਪੁੱਟ ਦੀ ਇਨਕਰੀਜ਼ ਕਰ ਰਹੇ ਹਾਂ, ਉਸੇ ਪ੍ਰਪੋਰਸ਼ਨ ਦੇ ਨਾਲ ਆਊਟਪੁੱਟ ਦੇ ਵਿੱਚ ਕੀ ਹੋਏਗਾ, ਇਨਕਰੀਜ਼ ਹੋਏਗਾ। ਇਸ ਨੂੰ ਅਸੀਂ ਜਿਹੜਾ ਹੈ ਸਮਾਨ ਪ੍ਰਤੀਫਲ ਦਾ ਨਿਯਮ ਜਿਹੜਾ ਹੈ ਉਹ ਕਹਿ ਰਹੇ ਹਾਂ। ਤਾਂ ਇਸ ਨਿਯਮ ਨੂੰ ਲਾਗੂ ਹੋਣ ਦੇ ਕਾਰਨ ਜਿਹੜੇ ਨੇ ਉਹ ਇਹ ਹੈ ਕਿ ਇੱਕ ਸਟੇਜ 'ਤੇ ਆ ਕੇ ਜਿਹੜੀ ਫਿਕਸ ਫੈਕਟਰ ਦੀ ਯੂਟੀਲਾਈਜੇਸ਼ਨ ਹੈ, ਜਿਹੜਾ ਉਹਦਾ ਪ੍ਰਯੋਗ ਹੈ, ਉਹ ਓਪਟੀਮਮ ਹੋ ਜਾਂਦਾ, ਇਸ਼ਟਤਮ ਹੋ ਜਾਂਦਾ। ਜਿੰਨਾ ਮੈਕਸੀਮਮ ਉਹਦਾ ਯੂਜ਼ ਹੋਣਾ ਚਾਹੀਦਾ ਉਨਾ ਫਿਕਸ ਫੈਕਟਰ ਦਾ ਯੂਜ ਹੋ ਜਾਂਦਾ। ਅਤੇ ਇਸ ਹਾਲਤ ਦੇ ਵਿੱਚ ਕੌਂਸਟੈਂਟ ਰਿਟਰਨ ਦੇ ਵਿੱਚ ਜਿਹੜੀ ਰੇਸ਼ੋ ਹੈ ਫਿਕਸਡ ਅਤੇ ਵੇਰੀਅਬਲ ਫੈਕਟਰ ਦੀ, ਉਹ ਕੀ ਹੁੰਦੀ ਹੈ, ਆਈਡੀਅਲ ਹੁੰਦੀ ਹੈ, ਆਦਰਸ਼ ਹੁੰਦੀ ਹੈ। ਮਤਲਬ ਜੇ ਅਸੀਂ ਉਸ ਰੇਸ਼ੋ ਵਿੱਚ ਕੋਈ ਚੇਂਜ ਕਰਦੇ ਹਾਂ, ਅਨੁਪਾਤ ਦੇ ਵਿੱਚ ਕੋਈ ਚੇਂਜ ਕਰਦੇ ਹਾਂ ਤਾਂ ਟੋਟਲ ਪ੍ਰੋਡਕਸ਼ਨ ਦੇ ਵਿੱਚ ਕਮੀ ਹੋਣੀ ਸ਼ੁਰੂ ਹੋ ਜਾਏਗੀ, ਐਵਰੇਜ ਪ੍ਰੋਡਕਸ਼ਨ ਅਤੇ ਮਾਰਜਨ ਪ੍ਰੋਡਕਸ਼ਨ 'ਚ ਕਮੀ ਹੋਣੀ ਸ਼ੁਰੂ ਹੋ ਜਾਏਗੀ। ਅਤੇ ਤੀਸਰਾ ਜਿਹੜਾ ਕਾਰਨ ਹੈ, ਦੈਟ ਇਜ਼ ਦਾ ਮੋਸਟ ਐਫੀਸ਼ੀਐਂਟ ਯੂਟੀਲਾਈਜੇਸ਼ਨ ਆਫ ਦਾ ਵੇਰੀਅਬਲ ਫੈਕਟਰ, ਅਤੇ ਜਿਹੜਾ ਪਰਿਵਰਤਨਸ਼ੀਲ ਸਾਧਨ ਹੈ ਉਹਦਾ ਬਹੁਤ ਜ਼ਿਆਦਾ ਕੁਸ਼ਲ ਢੰਗ ਦੇ ਨਾਲ ਅਸੀਂ ਯੂਜ ਕਰਾਂਗੇ। ਤੀਸਰਾ ਜਿਹੜਾ ਨਿਯਮ ਹੈ ਉਹ ਹੈ ਘਟਦੇ ਪ੍ਰਤੀਫਲ ਦਾ ਨਿਯਮ। ਘਟਦੇ ਪ੍ਰਤੀਫਲ ਦਾ ਨਿਯਮ ਕੀ ਹੈ ਕਿ ਜਦੋਂ ਅਸੀਂ ਸਥਿਰ ਸਾਧਨਾਂ ਦੇ ਉੱਤੇ ਪਰਿਵਰਤਨਸ਼ੀਲ ਸਾਧਨ ਇੱਕ ਲਿਮਿਟ ਤੋਂ ਬਾਅਦ, ਇੱਕ ਸੀਮਾ ਤੋਂ ਬਾਅਦ ਅਸੀਂ ਲਗਾਉਂਦੇ ਹਾਂ ਤਾਂ ਕੁੱਲ ਉਤਪਾਦਨ ਦੇ ਵਿੱਚ ਜਿਹੜੀ ਹੈ ਉਹ ਕਮੀ ਆਉਂਦੀ ਹੈ। ਤਾਂ ਜਦੋਂ ਕੁੱਲ ਉਤਪਾਦਨ ਵਿੱਚ ਕਮੀ ਆਉਣੀ ਸ਼ੁਰੂ ਹੋ ਜਾਂਦੀ ਹੈ ਤਾਂ ਉਸ ਉਤਪਾਦਨ ਅਤੇ ਸੀਮਾਂਤ ਉਤਪਾਦਨ ਦੇ ਵਿੱਚ ਵੀ ਕਮੀ ਆਉਂਦੀ ਹੈ। ਤਾਂ ਜਦੋਂ ਸੀਮਾਂਤ ਉਤਪਾਦਨ ਘਟਦਾ ਹੈ ਤਾਂ ਉਸ ਉਤਪਾਦਨ ਘਟਦਾ ਤਾਂ ਸੀਮਾਂਤ ਉਤਪਾਦਨ ਵੀ ਘਟਦਾ ਹੈ। ਇਸ ਹਾਲਤ ਵਿੱਚ ਸੀਮਾਂਤ ਉਤਪਾਦਨ ਵਿੱਚ ਕਮੀ ਜਿਹੜੀ ਹੈ ਉਹ ਉਸ ਉਤਪਾਦਨ ਦੇ ਨਾਲੋਂ ਜ਼ਿਆਦਾ ਹੁੰਦੀ। ਜਦੋਂ ਅਸੀਂ ਲੇਬਰ ਦੀ ਸੰਖਿਆ ਦੇ ਵਿੱਚ ਜਾਂ ਵੇਰੀਅਬਲ ਫੈਕਟਰ ਦੀ ਜਦੋਂ ਸੰਖਿਆ ਦੇ ਵਿੱਚ ਵਾਧਾ ਕਰ ਰਹੇ ਹਾਂ ਤਾਂ ਉਸ ਹਾਲਤ ਦੇ ਵਿੱਚ ਜਦੋਂ ਟੋਟਲ ਪ੍ਰੋਡਕਸ਼ਨ ਜਿਹੜੀ ਹੈ ਉਹ ਘਟਣੀ ਸ਼ੁਰੂ ਹੋ ਗਈ ਅਤੇ ਉਸ ਉਤਪਾਦਨ ਸੀਮਾਂਤ ਉਤਪਾਦਨ ਵੀ ਘੱਟ ਰਿਹਾ ਹੈ ਤਾਂ ਜਿਹੜੀ ਐਵਰੇਜ ਕੋਸਟ ਹੈ ਉਸ ਲਾਗਤ ਹੈ ਅਤੇ ਸੀਮਾਂਤ ਲਾਗਤ ਹੈ ਉਹਦੇ ਵਿੱਚ ਵਾਧਾ ਹੋਏਗਾ। ਤਾਂ ਪ੍ਰਤੀ ਇਕਾਈ ਉਸ ਲਾਗਤ ਕੀ ਹੈ, ਪ੍ਰਤੀ ਇਕਾਈ ਉਤਪਾਦਨ ਦੀ ਲਾਗਤ ਜਿਹੜੀ ਹੈ ਉਹ ਵਧਣੀ ਸ਼ੁਰੂ ਹੋ ਜਾਏਗੀ।
जे प्रति इकाई उत्पादन की लागत बढ़नी शुरू हो जाएगी तो नैचुरली कोई भी जो प्रोड्यूसर है इस हालत के ऑपरेट नहीं करेगा। तो इसके जो कारण कि घर के प्रतिफल का नियम क्यों लागू होता है वो है किसी साधन एक लिमिट तो बाद जो असी परिवर्तनशील साधन लगाई जाने बधाए जाने तो उस दे नाल की हो जाता है सिर्फ साधन की ओवर यूटिलाइजेशन होती है जिन्ना उसका यूज होना चाहिए उसमें ज़्यादा हो जाता है तो उसकी जी एफिशेंसी जी है घट जाती है स्थिर साधन की उसका यूज जो ओवर यूज होएगा जिस तरह फॉर एग्जाम्पल एक सूट केस के कैपैसिटी है कि 10 कपड़े पा सकते जे असी 10 तो ज़्यादा कपड़े पावे तो उसकी जी डिटीरियोरेशन जी है शुरू हो जाएगी। एक मशीन को असं ओवर यूज करा वो वेयर एंड टीयर जी शुरू हो जाएगी उसकी जी आउटपुट है वह क्लियर करनी शुरू हो जाएगी। दूसरा जोड़ा कारण है असी स्थिर जो असं वेरियन फैक्टर बढ़ा रहे हैं स्थिर साधन जोड़ा है कॉन्सटेंट है टैक्नोलॉजी जी सा कैपिटल जी है कॉन्सटेंट है फॉर एग्जाम्पल तो वेरियन फैक्टर फिक्स फैक्टर का सबसीट्यूट नहीं है। वेरियन फैक्टर जोड़ा है स्थिर साधन की जगह नहीं ले सकता। फिर तीसरा जोड़ा कारण है इन्होंने एक स्टेज तो बाद जी कोऑर्डिनेशन है जो तालमेल है स्थिर और वेरियबल फैक्टर का वो पूरा हो जाता है वो तालमेल प्रॉपर जोड़ा है वो नहीं बैठता जिसके कारण घटते प्रतिफल का नियम भी है लागू होता है। यह जो घटते प्रतिफल का नियम है यह विशेष तौर पर खेतीबाड़ी लागू होता वैसे तो इन सर्वव्यापी नियम कहने इनू असं लॉ ऑफ यूनिवर्स कह दें चाहे किसी भी फील्ड के हो जिस तरह एक्सट्रैक्टिव इंडस्ट्रीज हैं बिल्डिंग्स है फिशिंग है जी उन्होंने भी लागू होता जड़िया विशेष तौर पर यह नियम खेतीबाड़ी से क्यों लागू होता वो रीजन जड़े ने कि खेतीबाड़ी तो कुदरत का ज़्यादा प्रभाव पैदा और फर्टिलिटी ऑफ लैंड एक सीमा तो बाद जी घटती जाती है। इन कंपेरिजन टू इंडस्ट्री ये जी डिवीजन ऑफ लेबर जी है ये चांसिस जोड़े ने घट होंगे खेतीबाड़ी के असं जी देख रेख है जी सुपरविजन है जी निगरानी है वह कंपैरेटिवली घट कर सकते हैं। खेतीबाड़ी के असी मशीन का प्रयोग इंडस्ट्री के नालों घट कर सकते हैं। खेतीबाड़ी एक सीजनल ऑपरेशन मौसमी किता लैंड की जी फर्टिलिटी है लैंड की जी उपजाऊ शक्ति अंतर होंगा लैंड की जी सप्लाई है वो लिमिटेड होंगी है एक सीमा तक ही असं लैंड की पूर्ति वाधा कर सकते हैं जो कि उद्योगों के हिस्सा जोड़ा है वो नहीं तो ये असी दस रहे हैं कि डिमिनिशिंग रिटर्न्स जोड़ा है लाभ जोड़ा डिमिनिशिंग रिटर्न्स है वह खेतीबाड़ी पर क्यों लगता है। मार्शल ने एक्सेप्ट किया दो लिमिटेशन जो ने दो सीमावं जी ने लॉ ऑफ डिमिनिशिंग रिटर्न्स दी क्योंकि ये विशेष तौर पर एग्रीकल्चर पर लागू होता है जिस तरह मैं दसाया कि द लॉ जनरली ऑपरेट्स इन एग्रीकल्चर लेकिन ये क्योंकि ये तो पॉसिबल है जे ये कोई इंप्रूवमेंट ना हो एग्रीकल्चर टेक्नीक्स जे एग्रीकल्चर टेक्नीक के इंप्रूवमेंट हो रही है असं खेतीबाड़ी के उच्च किस्म की टेक्नोलॉजी जी यूज कर रहे हैं जो असं मजदूरों की संख्या में वाधा कर रहे हैं तो वो उत्पादन के वाधा भी हो सकता है। तो यह अज जरा असं करना से हम असी 10 मिनट जो भी असी किया है उसमें असं रिवाइज कर सो
ਸ਼ੁਰੂ ਦੇ ਵਿੱਚ ਅਸੀਂ ਡਿਸਕਸ ਕੀਤਾ ਟੋਟਲ ਪ੍ਰੋਡਕਸ਼ਨ, ਐਵਰੇਜ ਪ੍ਰੋਡਕਸ਼ਨ ਅਤੇ ਮਾਰਜਨ ਪ੍ਰੋਡਕਸ਼ਨ। ਅਸੀਂ ਡਿਸਕਸ ਕੀਤਾ ਕਿ ਐਵਰੇਜ ਪ੍ਰੋਡਕਸ਼ਨ ਕੀ ਹੁੰਦਾ ਹੈ, ਅਤੇ ਜੇ ਟੋਟਲ ਪ੍ਰੋਡਕਸ਼ਨ ਅਸੀਂ ਟੋਟਲ ਵੇਰੀਅਬਲ ਫੈਕਟਰ ਦੇ ਨਾਲ ਡਿਵਾਈਡ ਕਰ ਦਈਏ ਤਾਂ ਐਵਰੇਜ ਪ੍ਰੋਡਕਸ਼ਨ, ਅਤੇ ਜਦੋਂ ਉਤਪਾਦਨ ਦੀ ਇੱਕ ਸਾਧਨ ਦੀ ਇਕਾਈ ਵਿੱਚ ਤਬਦੀਲੀ ਕਰਨ ਨਾਲ, ਸਪੈਸ਼ਲੀ ਵੇਰੀਏਬਲ ਫੈਕਟਰ ਦੇ ਵਿੱਚ ਤਬਦੀਲੀ ਕਰਨ ਦੇ ਨਾਲ ਇੱਕ ਵੇਰੀਏਬਲ ਫੈਕਟਰ ਇੱਕ ਇਕਾਈ, ਤਾਂ ਕੁੱਲ ਉਤਪਾਦਨ ਜਿਹੜੀ ਤਬਦੀਲੀ ਹੁੰਦੀ ਆ ਉਸਨੂੰ ਅਸੀਂ ਮਾਰਜਨ ਪ੍ਰੋਡਕਸ਼ਨ ਜਾਂ ਸੀਮਾਂਤ ਉਤਪਾਦਨ ਜਿਹੜਾ ਉਹ ਕਹਿ ਲਾਂਗੇ। ਅਤੇ ਇਸ ਟੇਬਲ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਜਿਉਂ ਜਿਉਂ ਅਸੀਂ ਮਜ਼ਦੂਰਾਂ ਦੀ ਇਕਾਈਆਂ ਸਥਿਰ ਸਾਧਨਾਂ ਦੇ ਉੱਤੇ ਲਗਾਉਂਦੇ ਹਾਂ ਤਾਂ ਟੋਟਲ ਪ੍ਰੋਡਕਸ਼ਨ ਪਹਿਲਾਂ ਵੱਧਦੀ ਹੀ ਦਰ ਦੇ ਨਾਲ ਵੱਧਦਾ, ਅਤੇ ਬਾਅਦ ਦੇ ਵਿੱਚ ਘੱਟਦੀ ਹੀ ਦਰ ਨਾਲ ਵੱਧਦਾ, ਅਤੇ ਫਿਰ ਜਿਹੜਾ ਹੈ ਇੱਕ ਮੈਕਸਿਮਮ ਸਟੇਜ 'ਤੇ ਆਉਣ ਤੋਂ ਬਾਅਦ, ਜਦੋਂ ਉਸ ਤੋਂ ਬਾਅਦ ਵੀ ਅਸੀਂ ਮਜ਼ਦੂਰਾਂ ਦੀ ਇਕਾਈਆਂ ਵਿੱਚ ਵਾਧਾ ਕਰਦੇ ਹਾਂ ਤਾਂ ਟੋਟਲ ਪ੍ਰੋਡਕਸ਼ਨ ਜਿਹੜਾ ਹੈ ਉਹ ਘਟਣਾ ਸ਼ੁਰੂ ਹੋ ਜਾਂਦਾ। ਜਦੋਂ 8 ਇਕਾਈਆਂ ਤੋਂ ਵੱਧ ਮਜ਼ਦੂਰਾਂ ਦੀ ਇਕਾਈਆਂ ਲਗਾਈ ਜਾਂਦੀਆਂ ਤਾਂ ਟੋਟਲ ਪ੍ਰੋਡਕਸ਼ਨ ਜਿਹੜਾ 216-220। ਤਾਂ ਜਿੱਥੇ ਤੱਕ ਐਵਰੇਜ ਪ੍ਰੋਡਕਸ਼ਨ ਹੈ ਤਾਂ ਸ਼ੁਰੂ ਵਿੱਚ ਐਵਰੇਜ ਪ੍ਰੋਡਕਸ਼ਨ 20-30-40 ਇਹ ਵੱਧਦਾ, ਫਿਰ ਮੈਕਸੀਮਮ ਆ ਜਾਂਦਾ। ਉਸ ਤੋਂ ਬਾਅਦ ਜਦੋਂ ਮਜ਼ਦੂਰਾਂ ਦੀ ਇਕਾਈਆਂ ਲਗਾਉਂਦੇ ਹਾਂ ਵੇਰੀਅਬਲ ਫੈਕਟਰ ਵਿੱਚ ਵਾਧਾ ਕਰਦੇ ਹਾਂ ਤਾਂ ਐਵਰੇਜ ਪ੍ਰੋਡਕਸ਼ਨ ਜਿਹੜਾ ਹੈ ਉਹ ਘਟਣਾ ਸ਼ੁਰੂ ਹੋ ਜਾਂਦਾ, ਪਰੰਤੂ ਇਹ ਨਾ ਤਾਂ ਜ਼ੀਰੋ ਹੁੰਦਾ ਅਤੇ ਨਾ ਹੀ ਨੈਗੇਟਿਵ ਹੁੰਦਾ। ਜਿੱਥੋਂ ਤੱਕ ਮਾਰਜਨ ਪ੍ਰੋਡਕਸ਼ਨ ਹੈ, ਜਿਉਂ ਜਿਉਂ ਅਸੀਂ ਮਜ਼ਦੂਰਾਂ ਦੀ ਇਕਾਈਆਂ ਵਧਾਈ ਜਾਂਦੇ ਹਾਂ ਸਥਿਰ ਸਾਧਨ ਦੇ ਉੱਤੇ, ਤਾਂ ਮਾਰਜਨ ਪ੍ਰੋਡਕਸ਼ਨ ਸ਼ੁਰੂ ਵਿੱਚ ਤੇਜ਼ੀ ਨਾਲ ਵੱਧਦਾ ਅਤੇ ਫਿਰ ਇਹ ਘਟਣਾ ਸ਼ੁਰੂ ਹੋ ਜਾਂਦਾ। ਇੱਕ ਸਟੇਜ 'ਤੇ ਆ ਕੇ ਮਾਰਜਨ ਪ੍ਰੋਡਕਸ਼ਨ ਜਿਹੜਾ ਹੈ ਸ਼ੂਨਿਆ ਹੋ ਜਾਂਦਾ, ਜ਼ੀਰੋ ਹੋ ਜਾਂਦਾ। ਲੇਕਿਨ ਉਸ ਤੋਂ ਬਾਅਦ ਵੀ ਜੇ ਮਜ਼ਦੂਰਾਂ ਦੀ ਇਕਾਈਆਂ ਵਿੱਚ ਵਾਧਾ ਕਰ ਰਹੇ ਹਾਂ ਤਾਂ ਮਾਰਜਨ ਪ੍ਰੋਡਕਸ਼ਨ ਜਿਹੜਾ ਹੈ ਉਹ ਨੈਗੇਟਿਵ ਹੋ ਜਾਂਦਾ। ਜੇ ਅਸੀਂ ਇਸਦੇ ਰਿਲੇਸ਼ਨਸ਼ਿਪ ਨੂੰ ਦੇਖਦੇ ਹਾਂ ਟੋਟਲ ਪ੍ਰੋਡਕਸ਼ਨ, ਐਵਰੇਜ ਪ੍ਰੋਡਕਸ਼ਨ ਅਤੇ ਮਾਰਜਨ ਪ੍ਰੋਡਕਸ਼ਨ ਦੇ, ਤਾਂ ਅਸੀਂ ਦੇਖਦੇ ਹਾਂ ਕਿ ਜੇ ਅਸੀਂ ਐਵਰੇਜ ਪ੍ਰੋਡਕਸ਼ਨ ਅਤੇ ਮਾਰਜਨ ਪ੍ਰੋਡਕਸ਼ਨ ਦਾ ਰਿਲੇਸ਼ਨਸ਼ਿਪ ਦੇਖਦੇ ਹਾਂ ਕਿ ਜਦੋਂ ਐਵਰੇਜ ਪ੍ਰੋਡਕਸ਼ਨ ਵੱਧਦਾ ਹੈ ਮਾਰਜਨ ਪ੍ਰੋਡਕਸ਼ਨ ਵੀ ਵੱਧਦਾ ਹੈ, ਪਰੰਤੂ ਮਾਰਜਨ ਪ੍ਰੋਡਕਸ਼ਨ ਵਿੱਚ ਵੱਧਦਾ ਜਿਹੜਾ ਹੈ ਐਵਰੇਜ ਪ੍ਰੋਡਕਸ਼ਨ ਦੇ ਨਾਲ ਜ਼ਿਆਦਾ। ਅਤੇ ਮਾਰਜਨ ਪ੍ਰੋਡਕਸ਼ਨ ਦਾ ਜਿਹੜਾ ਪੀਕ ਪੁਆਇੰਟ ਹੈ ਉਹ ਐਵਰੇਜ ਪ੍ਰੋਡਕਸ਼ਨ ਦੇ ਨਾਲੋਂ ਪਹਿਲਾਂ ਆਉਂਦਾ, ਅਤੇ ਜਦੋਂ ਐਵਰੇਜ ਪ੍ਰੋਡਕਸ਼ਨ ਅਤੇ ਮਾਰਜਨ ਪ੍ਰੋਡਕਸ਼ਨ 40 ਹੁੰਦੇ ਹੈ, ਮਤਲਬ ਇੱਕ ਦੂਜੇ ਦੇ ਬਰਾਬਰ ਹੁੰਦਾ ਹੈ, ਤਾਂ ਮਾਰਜਨ ਪ੍ਰੋਡਕਸ਼ਨ ਕੋਲੋਂ ਐਵਰੇਜ ਪ੍ਰੋਡਕਸ਼ਨ ਨੂੰ ਕਰਮ ਨੂੰ ਉੱਪਰੋਂ ਕਰਨਾ ਹੈ, ਮਤਲਬ ਮਾਰਜਨ ਪ੍ਰੋਡਕਸ਼ਨ ਕਰੋ ਕਰਸ ਦਾ ਐਵਰੇਜ ਪ੍ਰੋਡਕਸ਼ਨ ਕਰੋ ਫਰੋਮ ਅਬਵ ਐਟ ਇਟਸ ਪੀਕ ਪੁਆਇੰਟ, ਸਭ ਤੋਂ ਉੱਪਰ ਲੈਵਲ। ਅਤੇ ਫਿਰ ਜਦੋਂ ਐਵਰੇਜ ਪ੍ਰੋਡਕਸ਼ਨ ਘੱਟਦਾ 40-30, 38-36, ਤਾਂ ਮਾਰਜਨ ਪ੍ਰੋਡਕਸ਼ਨ ਵੀ ਘੱਟਦਾ 30-26-8-0-28, ਤਾਂ ਮਾਰਜਨ ਪ੍ਰੋਡਕਸ਼ਨ ਵੀ ਘੱਟਦਾ। ਪਰੰਤੂ ਮਾਰਜਨ ਪ੍ਰੋਡਕਸ਼ਨ ਦੀ ਜਿਹੜੀ ਕਮੀ ਹੈ ਉਹ ਐਵਰੇਜ ਪ੍ਰੋਡਕਸ਼ਨ ਨਾਲੋਂ ਜ਼ਿਆਦਾ। ਜਦੋਂ ਮਾਰਜਨ ਪ੍ਰੋਡਕਸ਼ਨ ਜ਼ੀਰੋ ਹੁੰਦਾ ਤਾਂ ਐਵਰੇਜ ਪ੍ਰੋਡਕਸ਼ਨ ਪੋਜ਼ਿਟਿਵ ਵੀ ਰਹਿੰਦਾ, ਮਾਰਜਨ ਪ੍ਰੋਡਕਸ਼ਨ ਨੈਗੇਟਿਵ ਵੀ ਹੋ ਸਕਦਾ -8-16, ਪਰੰਤੂ ਐਵਰੇਜ ਪ੍ਰੋਡਕਸ਼ਨ ਹਮੇਸ਼ਾ ਪੋਜ਼ਿਟਿਵ ਰਹਿੰਦਾ, ਪੋਜ਼ਿਟਿਵ ਦਾ ਮੁੱਲ ਜ਼ੀਰੋ ਤੋਂ ਜ਼ਿਆਦਾ ਹੁੰਦਾ। ਜੇ ਅਸੀਂ ਰਿਲੇਸ਼ਨਸ਼ਿਪ ਮਾਰਜਨ ਪ੍ਰੋਡਕਸ਼ਨ ਅਤੇ ਟੋਟਲ ਪ੍ਰੋਡਕਸ਼ਨ ਦਾ ਲਾਈਏ ਤਾਂ ਅਸੀਂ ਦੇਖਦੇ ਹਾਂ ਕਿ ਜਦੋਂ ਮਾਰਜਨ ਪ੍ਰੋਡਕਸ਼ਨ ਜਿਹੜਾ ਹੈ ਉਹ ਵੱਧ ਰਿਹਾ ਹੁੰਦਾ 20-40-60, ਤਾਂ ਉਸ ਹਾਲਤ ਦੇ ਵਿੱਚ ਟੋਟਲ ਪ੍ਰੋਡਕਸ਼ਨ ਵਿੱਚ ਵਾਧਾ ਵੱਧ ਹੀ ਵੱਧ ਹੁੰਦਾ ਅਪ ਟੂ ਯੂਨਿਟ ਆਫ ਲੈਵਲ। ਉਸ ਤੋਂ ਬਾਅਦ ਜਦੋਂ ਮਜ਼ਦੂਰਾਂ ਦੀ ਇਕਾਈਆਂ ਵਿੱਚ ਵਾਧਾ ਕਰਦੇ ਹਾਂ ਮਾਰਜਨ ਪ੍ਰੋਡਕਸ਼ਨ ਦਾ ਤਾਂ ਪੋਜ਼ਿਟਿਵ ਹੈ, ਦੈਟ ਇਜ 40-30-20 ਘਟਣਾ ਸ਼ੁਰੂ ਹੋ ਜਾਂਦਾ। ਇਸ ਹਾਲਤ ਦੇ ਵਿੱਚ ਟੋਟਲ ਪ੍ਰੋਡਕਸ਼ਨ ਵਿੱਚ ਵਾਧਾ ਤਾਂ ਹੁੰਦਾ ਪਰੰਤੂ ਵਾਧਾ ਜਿਹੜਾ ਹੈ ਉਹ ਘੱਟਦੀ ਦਰ ਨਾਲ ਹੁੰਦਾ। ਇਸਦਾ ਮਤਲਬ ਜਦੋਂ ਮਾਰਜਨ ਪ੍ਰੋਡਕਸ਼ਨ ਪੋਜ਼ਿਟਿਵ ਹੁੰਦਾ ਉਸ ਹਾਲਤ ਤੱਕ ਟੋਟਲ ਪ੍ਰੋਡਕਸ਼ਨ ਵਿੱਚ ਵਾਧਾ ਹੁੰਦਾ ਪਰੰਤੂ ਘੱਟਦੀ ਦਰ ਨਾਲ। ਜਦੋਂ ਮਾਰਜਨ ਪ੍ਰੋਡਕਸ਼ਨ ਜ਼ੀਰੋ ਹੋ ਜਾਂਦਾ ਸ਼ੂਨਿਆ ਹੋ ਜਾਂਦਾ
आपका टोटल प्रोडक्शन के रूप में मैक्सिमम जो मार्जिनल प्रोडक्शन नेगेटिव हो जाता है तो टोटल प्रोडक्शन जो है वो घटना शुरू हो जाता है। ये रिलेशनशिप है जोड़ा कि अच्छी मार्जिनल प्रोडक्शन एवरेज प्रोडक्शन टोटल प्रोडक्शन मार्जिनल प्रोडक्शन के शो किया जी कर्व्स ने असी पहला डिस्कस कर चुके हैं कि ई बिंदू पॉइंट ऑफ इनफ्लेक्शन है इतने तक कुल उत्पादन बदी जाना होता है ई बिंदू तो लैके जी बिंदू तक कुल उत्पादन वाधा घटती ही जाना होंगे जी तो बाद कुल उत्पादन कमी होनी शुरू हो जाती है एफ बिंदू तक एवरेज प्रोडक्शन वाधा होंगे एच बिंदू तक मार्जिन प्रोडक्शन वाधा होंगे तो एच बिंदू जो है मार्जिन प्रोडक्शन ई बिंदू जो है वह टोटल प्रोडक्शन शो कर रहे हैं विच इज नोन एज पॉइंट ऑफ इनफ्लेक्शन जिन्हें मोड़ बिंदू कहने इस तो बाद जो एच बिंदू तीन इकाइयों तो बाद मार्जिन प्रोडक्शन जो घटना शुरू हो जाए जे बिंदू तो अस देख रहे हैं कि मार्जिन प्रोडक्शन एवरेज प्रोडक्शन करने सब तो उपले पॉइंट तक करते हैं इस जे बिंदू एफ बिंदू टोटल प्रोडक्शन दिस इज द स्टेज वन ऑफ द लॉ वेरिएबल प्रोपोर्शन एफ बिंदू तो लैके जी बिंदू तक दिस इज द स्टेज टू इतने असं देखते हैं एफ तो जी तक टोटल प्रोडक्शन घटती जाना बहुत है ए पी एम पी मतलब औसत उत्पादन के सीमांत उत्पादन कमी होती है सीमांत उत्पादन की कमी औसत उत्पादन के नालों ज़्यादा फिर देखते हैं कि मार्जिन प्रोडक्शन जो जीरो है तो टोटल प्रोडक्शन की है मैक्सिमम है जो अठ मजदूरों तो वध मजदूरों की कई असं लगाने हैं तो मार्जिन प्रोडक्शन नैगेटिव टोटल प्रोडक्शन जो घटना शुरू हो गया एवरेज प्रोडक्शन जी है वह पहुंची भी जाता है ये एफ जी बिंदू और के बिंदू तो बाद वाली जी स्टेज है सस्ट थर्ड स्टेज और फर्स्ट और थर्ड स्टेज के विचकार दैट इज जे के एफ एंड जी के विचकार जी स्टेज है वह स्टेज टू है जो एक रैशनल प्रोड्यूसर है वह स्टेज टू च प्रोड्यूस करेगा ना वो स्टेज वन च प्रोड्यूस करेगा ना वो स्टेज थ्री च प्रोड्यूस करेगा जो वो स्टेज थ्री च प्रोड्यूस करता है तो कोस्ट ऑफ प्रोडक्शन जी बढ़नी शुरू हो जाएगी क्योंकि टोटल प्रोडक्शन जी घटनी शुरू हो गई मार्जिन प्रोडक्शन जी नैगेटिव हो गई ना ही वह स्टेज पंच प्रोड्यूस करेगा क्योंकि उस केस के जो वह चार मुद्रा तो बद इकाइयों का उत्पादन करता है तो टोटल प्रोडक्शन जी इनक्रीज कर रही है बेशक घटनी दाना इनक्रीज कर रही है बट इट इज़ इनक्रीजिंग रैशनल प्रोड्यूसर विल आल्सो लाइक टू प्रोड्यूस इन द स्टेज टू ए असी इसका जो रिलेशनशिप है ये भी दस चुके हैं कि दिस इज द स्टेज वन स्टेज टू एंड स्टेज थ्री ये सारे स्टेजेस में डिस्कस कर चुके हैं एक्चुअली जो स्टेज ऑफ प्रोडक्शन रैशनल प्रोड्यूसर किस प्रोड्यूस करेगा ये आप दस चुके तो फिर जितने तक इनक्रीजिंग रिटर्न का सवाल है आप दस चुके हैं कि इनक्रीजिंग रिटर्न डिक्रीजिंग रिटर्न कॉन्सटेंट रिटर्न की होंगे तो इनक्रीजिंग रिटर्न के जो फिक्स फैक्टर से असं वेरियबल फैक्टर के वाधा करते हैं तो कुल उत्पादन वाधा जो बदी हुई दर हो उस उत्पादन और सीमांत उत्पादन वाधा हो उस लागत और सीमांत उत्पादन कमी हो उसू इनक्रीजिंग रिटर्न कहने हैं जदों इस कारण जोड़े ने कि जो कंबीनेशन है फिक्स एंड वेरिएबल फैक्टर का ऑप्टिमम होगा लार्ज साइज फिक्स फैक्टर होगा यूटिलाइजेशन जी फिक्स फैक्टर की मैक्सिमम होंगी स्टेज इस लॉ ऑफ इनक्रीजिंग टर्न कॉन्सटेंट रिटर्न होंगे जो फिक्स फैक्टर से असं वेरिएबल फैक्टर के वाधा करते हैं तो कुल उत्पादन वाधा सेम रेट के नाल हो मार्जिन प्रोडक्शन एवरेज प्रोडक्शन के बराबर हो गए एवरेज कोस्ट भी मार्जिन कोस्ट के बराबर हो गए इस हालत के ऑप्टिमम यूटिलाइजेशन जी है वह फिक्स फैक्टर की होंगी है मतलब जिनी मैक्सिमम यूज फिक्स फैक्टर की हो सकती है उन्नी जिथे तक डिमिनिशिंग रिटर्न है डिमिनिशिंग रिटर्न का मतलब है जो असं स्थिर साधन के उत्तर परिवर्तनशील साधन लगाते हैं
कुल उत्पादन जरा घटना शुरू हो जाएगा तो इस हाल औसत समान उत्पादन जी घटती है उस लागत समान लागत जी बढ़ती है। ये नियम क्यों लागू होंगे क्योंकि जी फिक्स फैक्टर की जी एफिशिएंसी है वह घटना शुरू हो जाती है। क्यों एफिशिएंसी घटनी शुरू हो जाती है क्योंकि फिक्स फैक्टर की जी ऑप्टिमम यूटिलाइजेशन जी है वह शुरू हो जाती है। वो मतलब जिन्ना यूज होना चाहिए उस तो ज़्यादा यूज शुरू हो जाता है। उस तो बाद जो जो प्रतिफल है जो रिटर्न है वो जो घटना शुरू हो जाता है। लाभ डिमिनिशिएट वो वैसे तो एक्सट्रैक्टिंग इंडस्ट्री फिशिंग के उत्ते सारे नियम पर लागू होंगे सारे जो प्राइमरी सेकेंडरी इंडस्ट्री सैक्टर पर भी लागू होंगे तो लेकिन विशेष तौर पर यह नियम एग्रीकल्चर पर लागू होंगे बिकॉज एग्रीकल्चर मेनली डिपेंड्स करता नेचर पर जोड़ा इनक्रीजिंग टर्म है ये मेनली लागू होंगे इंडस्ट्री के उत्ते। तो ये असल नेक्स्ट।